ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸ਼ੇ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਉਹ ਪਿਆਰੇ ਬੋਲ ਮੈਂ ਆਪ ਸਾਰਿਆਂ ਨਾਲ ਹੀ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਵਾਕਿਆ ਹੀ ਸਿਖਾਉਂਦੇ ਹਨ ਕਿ ਪਿਆਰ ਅਤੇ ਸਮਰਪਣ ਦੀ ਕਿਸ ਹੱਦ ਤੱਕ ਇੱਕ ਸੂਰਮਾ ਜਾ ਸਕਦਾ ਹੈ। ਪਾਵਨ ਬਚਨ ਭਗਤ ਕਬੀਰ ਜੀ ਦੇ ਹਨ ਕਿ ਮੈਂ ਪੂਰੀ ਤਸੱਲੀ ਨਾਲ ਜਾਣਕਾਰੀ ਕਰ ਲਈ ਹੈ ਅਤੇ ਅੱਜ ਦਾਅਵੇ ਨਾਲ ਕਹਿੰਦਾ ਹਾਂ ਕਿ ਮੇਰਾ ਸਭ ਕੁਝ ਕੇਵਲ ਇੱਕੋ ਇੱਕ ਹੈ ਅਤੇ ਮੈਂ ਦੁਨਿਆਵੀ ਲੋਕ ਲਾਜ ਦੇ ਡਰ ਅਧੀਨ ਇਸ ਸੱਚ ਤੋਂ ਮੁਨਕਰ ਨਹੀਂ ਹੋ ਸਕਦਾ। ਬੇਸ਼ੱਕ ਜੇ ਕੋਈ ਵਿਅਕਤੀ ਪ੍ਰੀਤਮ ਪ੍ਰਤੀ ਮੇਰੇ ਇਸ ਪ੍ਰੇਮ ਨੂੰ ਨਾ ਜਾਣਦਿਆਂ ਹੋਏ ਮੈਨੂੰ ਜਾਣੇ ਅਣਜਾਣੇ ਵਿੱਚ ਭੰਡਦਾ ਵੀ ਹੈ ਤਾਂ ਵੀ ਮੇਰਾ ਉਸਨੂੰ ਇਹੀ ਕਹਿਣਾ ਹੈ ਕਿ ਭਾਈ ਜੇ ਤੈਨੂੰ ਸਮਝ ਨਹੀਂ ਲੱਗੀ ਤਾਂ ਮੇਰੇ ਕਹੇ ਉੱਤੇ ਨਾ ਚੱਲ, ਪਰ ਮੇਰੀਆਂ ਗੱਲਾਂ ਦਾ ਬੁਰਾ ਕਿਉਂ ਮਨਾਉਂਦਾ ਹੈ? ਜੇ ਤੇਰੀ ਨਜ਼ਰਾਂ ਵਿੱਚ ਮੈਂ ਬੁਰਾ ਹਾਂ ਤਾਂ ਬੁਰਾ ਹੀ ਸਹੀ, ਵੱਧ ਤੋਂ ਵੱਧ ਮੇਰੇ ਨਾਲ ਸਾਂਝ ਤੋੜ ਲਵੇਂਗਾ ਤਾਂ ਵੀ ਕੋਈ ਅਫਸੋਸ ਨਹੀਂ। ਹੁਣ ਮੈਨੂੰ ਦੁਨਿਆਵੀ ਇੱਜ਼ਤ ਮਾਣ ਦਾ ਲਾਲਚ ਦੇਣਾ ਬੰਦ ਕਰ ਅਤੇ ਯਾਦ ਰੱਖ ਕਿ ਜਿਸ ਦਿਨ ਤੇਰੇ ਪਾਜ ਉਗਣਾਂਗੇ ਤੈਨੂੰ ਉਸ ਦਿਨ ਕਬੀਰ ਦੀ ਇਹ ਗੱਲ ਚੇਤੇ ਆਵੇਗੀ ਕਿ ਅਸਲ ਇੱਜ਼ਤ ਆਪਣੇ ਪ੍ਰੀਤਮ ਦਾ ਪਿਆਰ ਪਾਉਣ 'ਚ ਹੈ, ਨਾ ਕਿ ਦੁਨੀਆ ਖਾਤਰ ਦੂਜੇ ਤੀਜੇ ਦੇ ਪਿਆਰ ਪਾਉਣ ਵਿੱਚ। ਸ਼ਬਦ ਦੀ ਰਹਾਉ ਵਾਲੀ ਤੁਕ ਹੈ, ਹਮ ਅਪਤਾ ਆਪਣੀ ਪਤ ਖੋਈ, ਹਮ ਰਹਿ ਖੋਜ ਪਰੋ ਮਤ ਕੋਈ। ਇਸ ਸ਼ਬਦ ਨੂੰ ਪੜ੍ਹਨ ਦੇ ਬਾਅਦ ਜਿਹੜੇ ਦਰਸ਼ਨ ਹੁੰਦੇ ਕਬੀਰ ਸਾਹਿਬ ਜੀ ਦੀ ਰੂਹ ਦੇ, ਵਾਹ ਵਾਹ ਕਰ ਉੱਠਦਾ ਮਨ ਕਿ ਇੰਨੀ ਸੂਰਮਤਾ, ਇੰਨਾ ਸਮਰਪਣ, ਇਤਨਾ ਹੌਸਲਾ, ਉਹ ਵੀ ਉਸ ਪੁਜਾਰੀ ਸ਼੍ਰੇਣੀ ਦੇ ਖਿਲਾਫ ਜੋ ਕਿ ਬਨਾਰਸ ਸ਼ਹਿਰ ਦੀ ਚੌਧਰ ਮੰਨੀ ਜਾਂਦੀ ਸੀ। ਧੰਨ ਹੋ ਕਬੀਰ ਸਾਹਿਬ ਤੁਸੀਂ ਅਤੇ ਧੰਨ ਹਨ ਉਹ ਸਾਰੇ ਹੀ ਗੁਰਮੁਖ ਵੀਰ ਜਿਹੜੇ ਨਿਸ਼ਕਾਮ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਨ ਸੌਂਪਣਾ ਕਰਨ ਦਾ ਪ੍ਰਯਾਸ ਕਰ ਰਹੇ ਹਨ, ਵਾਕਿਆ ਹੀ ਧੰਨ ਹਨ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ, ਜਿਸ ਵਿੱਚ ਅਸੀਂ ਪਿਛਲੇ 3 ਹਫ਼ਤਿਆਂ ਤੋਂ ਚਰਿਤਰੋਪਾਖਿਆਨ ਦੀ ਸਭ ਤੋਂ ਅਖੀਰਲੀ ਕਹਾਣੀ ਦੀ ਪਰਖ ਗੁਰਮਤਿ ਦੀ ਕਸਵੱਟੀ ਉੱਤੇ ਕਰ ਰਹੇ ਹਾਂ। ਇਸ ਕਹਾਣੀ ਦੇ ਹੀ 25 ਬੰਦਾਂ 377ਵੇਂ ਤੋਂ ਲੈ ਕੇ 400 ਪਹਿਲੇ ਤੱਕ ਨੂੰ ਹੀ ਸਿੱਖ ਕੌਮ ਵਿੱਚ ਬੜੇ ਸਤਿਕਾਰ ਨਾਲ ਚੌਪਈ ਸਾਹਿਬ ਆਖਿਆ ਜਾਂਦਾ ਹੈ। ਸੋ ਇਹਨਾਂ 25 ਬੰਦਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਉਹ ਖਾਸ ਨੁਕਤੇ ਜ਼ਰੂਰ ਸਾਂਝੇ ਕਰ ਲਈਏ ਜੋ ਪਹਿਲੇ 2 ਭਾਗਾਂ ਵਿੱਚ ਸਾਂਝੇ ਕਰ ਆਏ ਹਾਂ। ਪਹਿਲੀ ਗੱਲ ਤਾਂ ਇਹ ਕਹਾਣੀ ਅਸਲ ਵਿੱਚ 2 ਲੋਕਾਂ ਦੇ ਵਿੱਚ ਦਾ ਇੱਕ ਸੰਵਾਦ ਹੈ, ਜਿਸ ਨੂੰ ਲਿਖਾਰੀ ਰਚਨਾ ਦੇ ਅਖੀਰ ਵਿੱਚ ਮੰਤਰੀ ਭੂਪ ਸੰਵਾਦੇ ਲਿਖ ਰਿਹਾ ਹੈ। ਗ੍ਰੰਥ ਦੇ ਲਿਖੇ ਪ੍ਰਕਰਣ ਮੁਤਾਬਕ ਇਹ ਕਹਾਣੀਆਂ ਇੱਕ ਮੰਤਰੀ ਆਪਣੇ ਰਾਜੇ ਚਿੱਤਰ ਸਿੰਘ ਨੂੰ ਸੁਣਾ ਰਿਹਾ ਹੈ। ਇਸ ਪੂਰੀ ਕਹਾਣੀ ਵਿੱਚ ਇੱਕ ਵਾਰ ਵੀ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ ਗਈ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵੀ ਐਸੀ ਬਾਣੀ ਨਹੀਂ ਹੈ ਜੋ ਕਿ ਗੁਰੂ ਸਾਹਿਬ ਨੇ ਲਿਖੀ ਹੋਏ ਅਤੇ ਉਸ ਵਿੱਚ ਨਾਨਕ ਪਦ ਦੀ ਮੋਹਰ ਨਾ ਲੱਗੀ ਹੋਏ। ਖੈਰ, ਤੀਜੀ ਗੱਲ
ਇਸ ਪੂਰੀ ਕਹਾਣੀ ਵਿੱਚ ਲਿਖਾਰੀ ਵੱਲੋਂ 317 crore 1 ਅਤੇ 20 ਪਦਮ ਪਾਓ 2 crore ਮਲਟੀਪਲਾਈਡ ਬਾਏ 1 crore ਇੰਨੇ ਵਿਅਕਤੀਆਂ ਨੂੰ ਲਿਖਾਰੀ ਨੇ ਜੰਗ ਦਾ ਹਿੱਸਾ ਬਣਾਇਆ ਹੈ। ਇਸ ਤੋਂ ਛੁੱਟ ਕਰੋੜਾਂ ਹੀ ਲੋਕ ਮਿੱਝ ਤੋਂ, ਖੂਨ ਤੋਂ, ਪਸੀਨੇ ਤੋਂ, ਸਾਹ ਤੋਂ ਪੈਦਾ ਹੋ ਕੇ ਇਸ ਜੰਗ ਦਾ ਹਿੱਸਾ ਬਣੇ ਹਨ। ਇਤਨੀ ਵੱਡੀ ਦਾਨਵਾਂ ਦੀ ਗਿਣਤੀ ਕਿਸ ਧਰਤੀ ਉੱਤੇ ਆਈ ਹੋਵੇਗੀ? ਇਹ ਜੰਗ ਕਿੱਥੇ ਹੋਇਆ ਸੀ? ਇਸ ਬਾਬਤ ਲਿਖਾਰੀ ਲਿਖਣਾ ਭੁੱਲ ਗਿਆ ਹੈ। ਚੌਥੀ ਗੱਲ, ਇਸ ਲਿਖਾਰੀ ਅਨੁਸਾਰ ਇਹ ਸਾਰੇ ਲੜਨ ਵਾਲੇ ਸ਼ਰਾਬ ਦਾ ਇੱਕ ਇੱਕ ਤਲਾਬ ਪੀ ਜਾਂਦੇ ਸਨ ਅਤੇ ਮਨੁੱਖਾਂ ਦਾ ਮਾਸ ਖਾ ਕੇ ਜੀਵਤ ਰਹਿੰਦੇ ਸਨ। ਵਿਚਾਰ ਕੇ ਦੇਖੋ ਕਿ ਇੰਨੇ ਸਾਰੇ ਲੋਕਾਂ ਦੀ ਐਸ਼ ਪ੍ਰਸਤੀ ਲਈ ਕਿਤਨੇ ਹੀ ਤਲਾਬ ਅਤੇ ਕਿਤਨੀ ਹੀ ਮਨੁੱਖੀ ਆਬਾਦੀ ਦੀ ਲੋੜ ਪੈ ਸਕਦੀ ਹੈ। ਪੰਜਵੀਂ ਗੱਲ, ਇਹ ਲਿਖਾਰੀ ਬਾਰ ਬਾਰ ਆਪਣੀ ਲਿਖਤ ਨੂੰ ਬਦਲ ਦਿੰਦਾ ਹੈ ਅਤੇ ਕਹਾਣੀ ਦੀ ਪਹਿਲੀ 300 ਪੌੜੀਆਂ ਵਿੱਚ ਹੀ 3 ਇਹ ਆਪਣੇ ਡਰ ਦਾ ਪ੍ਰਗਟਾਵਾ ਕਰਦਾ ਹੈ ਅਤੇ ਡਰ ਵੀ ਇਸ ਨੂੰ ਇਹੀ ਹੈ ਕਿ ਇਹਦੇ ਪੰਨੇ ਅਤੇ ਸਿਆਹੀ ਬਰਬਾਦ ਨਾ ਹੋ ਜਾਏ। 6 ਗੱਲ, ਇਸ ਕਹਾਣੀ ਦੇ ਦੌਰਾਨ ਹੁਣ ਤੱਕ 2 ਬੇਨਤੀਆਂ ਹੋ ਚੁੱਕੀਆਂ ਹਨ, ਜਿਸ ਵਿੱਚ ਇੱਕ ਬੇਨਤੀ ਇੱਕ ਬਾਲਾ ਨੇ ਰੱਬ ਅੱਗੇ ਕੀਤੀ ਹੈ, ਜਿਸ ਵਿੱਚ ਉਸਨੇ ਰੱਬ ਨਾਲ ਵਿਆਹ ਕਰਨ ਦਾ ਔਫਰ ਕੀਤਾ ਹੈ ਅਤੇ ਜਿਸ ਨੂੰ ਇਸ ਗ੍ਰੰਥ ਦੇ ਰੱਬ ਨੇ ਸਸ਼ਰਤ ਮੰਨ ਵੀ ਲਿਆ ਹੈ। 2 ਬੇਨਤੀ ਬ੍ਰਹਮਾ, ਮਹੇਸ਼ ਆਦਿ ਨੇ ਕੀਤੀ ਹੈ, ਜਿਨ੍ਹਾਂ ਨੇ ਇਸ ਮਹਾਕਾਲ ਉੱਤੇ ਜਦੋਂ ਸੈਨਾ ਹਮਲਾ ਕਰਨ ਆਈ ਔਰ ਧਰਤੀਆਂ ਉੱਡ ਗਈਆਂ ਅਤੇ ਉਹ ਬੜਾ ਡਰ ਗਏ। ਇਸ ਡਰ ਵਿੱਚ ਉਹਨਾਂ ਇਸੇ ਮਹਾਕਾਲ ਨੂੰ ਨਿਰੰਕਾਰ, ਨਿਰਵਿਕਾਰ ਆਦਿ ਲਿਖਿਆ ਹੈ, ਜੋ ਕਿ ਅਸੀਂ ਅੱਗੇ ਗੱਲ ਕਰਾਂਗੇ। 7 ਗੱਲ ਇਹ ਹੈ ਕਿ ਮਹਾਕਾਲ ਅਸਤੁਜ, ਗਿੱਦ ਤੁਜ, ਖੜਗ ਕੇਤ, ਉੱਲੂ ਕੇਤ, ਸ਼ਿਵਾ, ਕਾਲੀ ਇਤਿਆਦਿ ਇਹ ਸਾਰੇ ਹੀ ਸਰੀਰਧਾਰੀ ਹਨ, ਸੋ ਅਜੂਨੀ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਜੰਗ ਵਿੱਚ ਇਹ ਬੇਬਸ ਹੋ ਕੇ ਕੇਵਲ ਕਤਲ ਹੀ ਕਰ ਪਾ ਰਹੇ ਹਨ, ਇਹਨਾਂ ਦੇ ਬਸ ਵਿੱਚ ਜਨਮ ਮਰਨ ਨਹੀਂ, ਸੋ ਇਹ ਕਰਤਾ ਪੁਰਖ ਵੀ ਨਹੀਂ ਹੋ ਸਕਦੇ। ਇਸ ਕਹਾਣੀ ਦੇ ਇਹ ਕਿਰਦਾਰ ਨਿਰਵੈਰ ਵੀ ਨਹੀਂ ਹਨ ਅਤੇ ਇਤਨੇ ਜ਼ਾਲਿਮ ਤਰੀਕੇ ਨਾਲ ਇਹ ਲੋਕਾਂ ਨੂੰ ਚਬਾ ਚਬਾ ਕੇ ਖਾ ਜਾਂਦੇ ਹਨ, ਲੋਕਾਂ ਦਾ ਖੂਨ ਪੀ ਜਾਂਦੇ ਹਨ, ਲੋਕਾਂ ਨੂੰ ਆਪਣੇ ਪੈਰਾਂ ਥੱਲੇ ਦਬਾ ਕੇ ਮਾਰ ਦਿੰਦੇ ਹਨ। ਆਓ ਹੁਣ ਅੱਗੇ ਦੀ ਵਿਚਾਰ ਕਰੀਏ। ਪੌੜੀ ਨੰਬਰ 351 ਵਿੱਚ ਇਸ ਪੂਰੇ ਯੁੱਧ ਵਿੱਚ ਪਹਿਲੀ ਵਾਰ ਸ਼ੇਰਾਂ ਵਾਲੀ ਮਾਤਾ ਵੀ ਆ ਜਾਂਦੀ ਹੈ। ਕਾਰਨ ਹੋ ਸਕਦਾ ਹੈ ਕਿ ਇਹ ਮਹਾਕਾਲ, ਅਸਤੁਜ, ਕਾਲਕਾ ਆਦਿ ਮਿਲ ਕੇ ਦਾਨਵ ਨਹੀਂ ਮਾਰ ਪਾ ਰਹੇ ਸਨ। ਸੋ ਲਿਖਾਰੀ ਲਿਖਦਾ ਹੈ, ਸਿੰਘ ਬਾਹਨੀ ਛਤਰ ਬਿਹੰਡੇ, ਤਿਲ ਤਿਲ ਪ੍ਰਾਏ ਅਸੁਰ ਕਰ ਖੰਡੇ। ਭਾਓ ਸ਼ੇਰ ਤੇ ਸਵਾਰ ਹੋਣ ਵਾਲੀ ਗੁੱਸੇ ਵਿੱਚ ਸੀ ਅਤੇ ਉਸਨੇ ਅਸੁਰਾਂ ਨੂੰ ਟੋਟੇ ਟੋਟੇ ਕਰ ਦਿੱਤੇ। ਉੱਥੇ ਭੂਤ, ਉਹਨਾਂ ਦੀ ਵਹੁਟੀਆਂ, ਪ੍ਰੇਤ, ਪਿਸਾਚ, ਡਾਇਨਾ ਇਹ ਸਭ ਆ ਗਈਆਂ। ਸਾਰੇ ਖੁਸ਼ ਸਨ ਕਿ ਹੁਣ ਸਾਨੂੰ ਢੇਰ ਸਾਰਾ ਖਾਣਾ ਮਿਲੇਗਾ। ਖੈਰ, ਜਦੋਂ ਸ਼ੇਰਾਂ ਵਾਲੀ ਮਾਤਾ ਵੀ ਕੁਝ ਨਾ ਕਰ ਸਕੀ ਤਾਂ ਜਾ ਕੇ ਅਸਤੁਜ ਨੇ ਇੱਕ ਮੰਤਰ ਵਿਚਾਰਿਆ
ਜਿਸ ਰਾਹੀਂ ਇਹ ਦਾਨਵ ਮਰ ਸਕਣ। ਪਾਓ ਹੁਣ ਜਾ ਕੇ ਰਣਨੀਤੀ ਵਿੱਚ ਸੁਧਾਰ ਕੀਤਾ ਗਿਆ ਅਸੂ ਜੀ ਵੱਲੋਂ। ਇਹ ਅਸੂਜ ਕਈਆਂ ਲਈ ਰੱਬ ਹੋ ਸਕਦਾ, ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਤੇ ਇਸ ਕਿਰਦਾਰ ਨੂੰ ਵਿਚਾਰੀਏ ਤਾਂ ਇੱਕ ਵੀ ਸੁਹਿਰਦ ਸਿੱਖ ਇਹ ਕਹਾਣੀ ਪੜ੍ਹਨ ਤੋਂ ਬਾਅਦ ਇਸ ਦੀ ਸ਼ਰਨ ਨਹੀਂ ਲੋਚੇਗਾ ਅਤੇ ਕਦੇ ਨਹੀਂ ਆਖੇਗਾ ਜੇ ਅਸਤੁਜ ਤਵ ਸ਼ਰਨੀ ਪਰ ਹੈ। ਖੈਰ, ਇਤਨੇ ਸਾਰੇ ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਇਸ ਅਸਤੁਜ ਜੀ ਨੂੰ ਸੁਧ ਆਈ ਤਾਂ ਇਹਨਾਂ ਆਪਣੀ ਗਲਤੀ ਸੁਧਾਰਦਿਆਂ ਇੱਕ ਮੰਤਰ ਵਿਚਾਰਿਆ ਅਤੇ ਉਸ ਮੰਤਰ ਰਾਹੀਂ ਸਾਰੇ ਦਾਨਵਾਂ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਮਹਾਕਾਲ ਨੂੰ ਆਗਿਆ ਕੀਤੀ ਕਿ ਸਾਰੀ ਦੀ ਸਾਰੀ ਸੈਨਾ ਨੂੰ ਖਾ ਜਾ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਅਸਤੁਜ ਅਤੇ ਮਹਾਕਾਲ ਇਹ ਦੋਨੋਂ ਦੋ ਲੋਕ ਹਨ। ਅਸਤੁਜ ਮਹਾਕਾਲ ਨੂੰ ਆਗਿਆ ਦੇ ਰਿਹਾ ਹੈ। ਇੱਕ ਗੱਲ ਤਾਂ ਸਪਸ਼ਟ ਹੈ ਕਿ ਇੱਕ ਹੁਕਮ ਕਰ ਰਿਹਾ ਹੈ ਅਤੇ ਦੂਜਾ ਹੁਕਮ ਦੀ ਤਾਲੀਮ ਕਰ ਰਿਹਾ ਹੈ। ਲਿਖਾਰੀ ਇਸ ਜਗ੍ਹਾ 'ਤੇ ਮਹਾਕਾਲ ਨੂੰ ਅਸਤੁਜ ਦੇ ਅਧੀਨ ਲਿਖ ਰਿਹਾ ਹੈ। ਇਹ ਉਹੀ ਮਹਾਕਾਲ ਹੈ ਜਿਸ ਬਾਬਤ ਅਸੀਂ ਟਿਊਨ ਰਾਹੀਂ ਇੱਕ ਰਚਨਾ ਸੁਣੀ ਹੈ, ਸਭ ਰਾਜਨ ਕੇ ਰਾਜਾ। ਜੀ ਹਾਂ, ਇਹ ਉਹੀ ਰਚਨਾ ਹੈ ਜਿਸ ਨੂੰ ਪੜ੍ਹਨ ਵਾਸਤੇ ਥਾਂ ਥਾਂ 'ਤੇ ਧਮਕੀਆਂ ਦਿੱਤੀਆਂ ਗਈਆਂ, ਥਾਂ ਥਾਂ 'ਤੇ ਆਪਸੀ ਸਿੱਖਾਂ ਵਿੱਚ ਲੜਾਈਆਂ ਹੋਈਆਂ, ਬਲਕਿ ਇਹ ਤਾਂ ਕਿਹਾ ਗਿਆ ਕਿ ਅਸੀਂ ਇੱਕ ਦੂਜੇ ਦੀ ਜ਼ਬਾਨਾਂ ਕੱਟ ਦਿਆਂਗੇ। ਖੈਰ, ਜਿੰਨੀ ਕੁ ਲੋਕਾਂ 'ਚ ਕਾਬਲੀਅਤ ਹੁੰਦੀ ਹੈ, ਜਿਸ ਕੋ ਲਾਇਕ ਹੁੰਦੇ ਹਨ, ਉਹੀ ਗੱਲ ਉਹ ਕਰ ਸਕਦੇ ਹਨ। ਅਸੀਂ ਅੱਗੇ ਚੱਲੀਏ। ਆਗਿਆ ਸੁਣਦੇ ਹੀ ਮਹਾਕਾਲ ਸਾਰੇ ਦਾਨਵਾਂ ਨੂੰ ਖਾ ਗਿਆ। ਹੁਣ ਕੇਵਲ ਉੱਥੇ ਇੱਕ ਹੀ ਦਾਨਵ ਰਹਿ ਗਿਆ। ਉਹ ਸੋਚਣ ਲੱਗ ਪਿਆ, ਹੁਣ ਮੇਰਾ ਕੀ ਹੋਏਗਾ। ਅੱਗੇ ਇਸ ਕਹਾਣੀ ਵਿੱਚ ਦੋਹਰਾ ਆਉਂਦਾ ਹੈ ਜਿੱਥੇ ਲਿਖਿਆ ਮਿਲਦਾ ਹੈ, ਜੋ ਮਹਾਕਾਲ ਦੀ ਸ਼ਰਨ ਪੈ ਜਾਏ ਉਸ ਨੂੰ ਉਹ ਬਚਾ ਲੈਂਦਾ ਹੈ, ਦੂਜਾ ਕੋਈ ਨਹੀਂ ਜੋ ਇਸ ਤਰ੍ਹਾਂ ਸਾਰਿਆਂ ਦਾ ਭਖਸ਼ਣ ਕਰ ਸਕੇ। ਇਹ ਸ਼ਾਇਦ ਆਕਾਸ਼ਵਾਣੀ ਹੋਈ ਜਾਂ ਲਿਖਾਰੀ ਦੇ ਮਨ ਵਿੱਚ ਕੁਝ ਚੱਲ ਰਿਹਾ ਹੈ। ਆਪਣੇ ਇਸ਼ਟ ਮਹਾਕਾਲ ਦੀ ਉਸਤਤ ਵਿੱਚ ਉਹ ਇਹ ਸਭ ਸੋਚ ਰਿਹਾ ਹੈ, ਇਹ ਸਾਫ਼ ਨਹੀਂ ਹੁੰਦਾ। ਪਰ ਦੌਰੇ ਤੋਂ ਬਾਅਦ ਇੱਕ ਵਾਰ ਫਿਰ ਚੌਪਈ ਸ਼ੁਰੂ ਹੁੰਦੀ ਹੈ, ਜਿਸ ਵਿੱਚ ਲਿਖਦਾ ਹੈ ਕਿ ਦੁਸ਼ਟ ਦਾਨਵ ਨੇ ਕੋਈ ਗੱਲ ਨਹੀਂ ਮੰਨੀ ਅਤੇ ਉਸਨੇ ਮਹਾਕਾਲ ਨਾਲ ਵੈਰ ਪਾ ਲਿਆ। ਆਪਣੀ ਹੈਸੀਅਤ ਨਹੀਂ ਵਿਚਾਰੀ ਉਸ ਦਾਨਵ ਨੇ ਅਤੇ ਸਿੱਧੀ ਚੇਤਾਵਨੀ ਦਿੱਤੀ ਕਿ ਮਹਾਕਾਲ, ਤੂੰ ਮੇਰੀ ਸੈਨਾ ਨੂੰ ਮਾਰ ਕੇ ਬਹੁਤ ਖੁਸ਼ ਨਾ ਹੋ, ਮੇਰੇ ਨਾਲ ਯੁੱਧ ਕਰ। ਜਾਂ ਤਾਂ ਅਸਤੁਜ ਨਹੀਂ ਜਾਂ ਮੈਂ ਨਹੀਂ। ਖੈਰ, ਇਸ ਚੇਤਾਵਨੀ ਤੋਂ ਬਾਅਦ ਸਿੱਧਾ ਆਹੀ ਲਿਖਿਆ ਮਿਲਦਾ ਹੈ ਕਿ ਏਕ ਪਾਓ ਤਜ ਯੁੱਧ ਨਾ ਪਾਜਾ, ਮਹਾਰਾਜ ਦੈਤਨ ਕਾ ਰਾਜਾ, ਆਤੋਂ ਗਿੱਧ ਗਗਨ ਲੈ ਗਏ, ਬਾਹਤ ਬਿਸਕ ਪਾਉ ਹਟ ਪਏ। ਪਾਓ ਕਿ ਇੱਕ ਪੈਰ ਵੀ ਪਿਛਾਂ ਨਹੀਂ ਕੀਤਾ ਇਸ ਦਾਨਵਾਂ ਦੇ ਮਹਾਰਾਜ ਨੇ। ਬੇਸ਼ੱਕ ਇਸਦੀ ਅੰਤੜੀਆਂ ਗਿੱਧ ਲੈ ਗਏ ਸਨ, ਪਰ ਇਹ ਬਾਣ ਚਲਾਉਂਦਾ ਰਿਹਾ। ਚੇਤਾਵਨੀ ਤੋਂ ਬਾਅਦ ਬਿਨਾਂ ਯੁੱਧ ਹੋਏ ਹੀ ਆਤੜੀਆਂ ਬਾਹਰ ਗਿੱਧ ਲੈ ਵੀ ਗਏ। ਸਪਸ਼ਟ ਹੈ ਕਿ ਇੱਥੇ ਲਿਖਾਰੀ ਕੁਛ ਲਿਖਣਾ ਭੁੱਲ ਗਿਆ ਹੈ। ਖੈਰ, ਆਤੜੀਆਂ ਬਾਹਰ ਹੋਣ ਦੇ ਬਾਵਜੂਦ ਇਸ ਹੱਠੀ ਦਾਨਵ ਨੇ
ਜਦੋਂ ਬਾਣ ਚਲਾਣੇ ਨਾ ਛੱਡੇ। ਇਹ ਸਾਰੇ ਬਾਣ ਖੜਗ ਤੁਜ, ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਨਾ ਅਸਤੁਜ ਹੈ ਨਾ ਖੜਗ ਕੇਤ ਹੈ, ਇੱਕ ਨਵਾਂ ਕਰੈਕਟਰ ਹੈ ਖੜਗ ਤੁਜ। ਸਾਰੇ ਬਾਣ ਖੜਗ ਤੁਜ ਨੇ ਕੱਟ ਦਿੱਤੇ ਅਤੇ ਮੁੜ ਅਸਤੁਜ ਨੇ ਉਸ ਦਾਨਵ ਉੱਤੇ 20,000 ਬਾਣ ਛੱਡੇ। ਹੈਰਾਨੀ ਦੀ ਗੱਲ ਹੈ, ਅੰਤੜੀਆਂ ਪਹਿਲਾਂ ਤੋਂ ਬਾਹਰ ਉਤੋਂ 20,000 ਬਾਣ ਵੀ ਇਸ ਲਿਖਾਰੀ ਦੇ ਰੱਬ ਜੀ ਨੇ ਛੱਡ ਦਿੱਤੇ ਕਿ ਸੋਚਿਆ ਭਾਈ ਹੁਣ ਤੇ ਮਰ ਗਿਆ। ਪਰ ਜ਼ਰਾ ਹਾਲਤ ਦੇਖੋ, ਕੀ ਕਿਰਦਾਰ ਬਣਾ ਕੇ ਰੱਖ ਦਿੱਤਾ ਰੱਬ ਦਾ, ਇਤਨਾ ਅਸਹਾਏ ਕਿ ਇੰਨੇ ਬਾਣ ਮਾਰਨ ਦੇ ਬਾਅਦ ਵੀ ਅੱਗੋਂ ਮਹਾਕਾਲ ਨੇ ਇੱਕ ਬਾਣ ਨਾਲ ਇਸ ਦਾਨਵ ਦਾ ਝੰਡਾ ਗਿਰਾ ਦਿੱਤਾ ਅਤੇ ਦੂਜਾ ਬਾਣ ਮਾਰ ਕੇ ਉਸਦਾ ਸੀਸ ਉੜਾ ਦਿੱਤਾ। ਸੀਸ ਉਡਾਉਣ ਤੋਂ ਬਾਅਦ ਦੋ ਬਾਣ ਚਲਾ ਕੇ ਉਸਦੇ ਰੱਥ ਦੇ ਪਹੀਏ ਕੱਟ ਦਿੱਤੇ ਅਤੇ ਚਾਰ ਬਾਣ ਚਲਾ ਕੇ ਉਸਦੇ ਘੋੜੇ ਵੀ ਮਾਰ ਦਿੱਤੇ। ਇੱਥੇ ਆਪਣੀ ਹੀ ਕਹੀ ਗੱਲ ਨੂੰ ਫਿਰ ਤੋਂ ਕੱਟ ਦਿੰਦਾ, ਆਪਣੇ ਆਪ ਨੂੰ ਚੁਣ ਚੁਣ ਕੇ ਸ਼ਤਰੂ ਮਾਰਨ ਵਾਲਾ ਦਰਸਾਉਣ ਵਾਲੇ ਇਸ ਰੱਬ ਨੇ ਇੱਥੇ ਬੇਜ਼ੁਬਾਨ ਘੋੜਿਆਂ ਦਾ ਕਤਲ ਕੀਤਾ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਆਖਿਰ ਘੋੜੇ ਮਾਰਨ ਦੀ ਕੀ ਲੋੜ ਪੈ ਗਈ ਸੀ, ਕਿਉਂਕਿ ਅੰਤੜੀਆਂ ਪਹਿਲਾਂ ਹੀ ਬਾਹਰ ਸੀਗੀਆਂ, ਝੰਡਾ ਵੀ ਗਿਰਾ ਦਿੱਤਾ, ਸੀਸ ਵੀ ਉੜਾ ਦਿੱਤਾ, 20,000 ਬਾਣ ਵੀ ਛੱਡ ਦਿੱਤੇ, ਤਾਂ ਵੀ ਬੇਜ਼ੁਬਾਨ ਘੋੜਿਆਂ ਦਾ ਘਾਣ। ਖੈਰ ਅੱਗੇ ਚਲੀਏ, ਬਾਣ ਨਾਲ ਸ਼ੀਸ਼ ਉਡਾਉਣ ਤੋਂ ਬਾਅਦ ਵੀ ਇਸ ਕਰੂਰ ਰੱਬ ਅਸਕੇਤ ਨੇ ਉਸ ਕੱਟੇ ਹੋਏ ਸੀਸ ਦਾ ਮੱਥਾ ਕੱਟ ਦਿੱਤਾ, ਫਿਰ ਦੋ ਬਾਣ ਚਲਾਏ ਅਤੇ ਉਸਦੇ ਹੱਥ ਵੀ ਕੱਟ ਦਿੱਤੇ, ਮੁੜ ਇੱਕ ਵਾਰ ਫਿਰ ਉਸ ਦਾਨਵ ਦਾ ਸਿਰ ਕੱਟ ਦਿੱਤਾ। ਰੱਬ ਨੂੰ ਕਿਹੜੇ ਲੈਵਲ ਉੱਤੇ ਲੈ ਆਇਆ ਸੀ, ਅਤੇ ਕੌਣ ਹੋ ਸਕਦਾ ਜੋ ਕੱਟੇ ਹੋਏ ਸੀਸ ਦੇ ਵੀ ਅੰਗ ਅੰਗ ਕੱਟ ਰਿਹਾ ਹੈ? ਇਹ ਬੀੜਤਾ ਹੈ ਜਾਂ ਕਰੂਰਤਾ, ਇਹਦਾ ਫੈਸਲਾ ਤੁਸੀਂ ਆਪ ਕਰ ਸਕਦੇ ਹੋ। ਖੈਰ ਇਸੇ ਸਮੇਂ ਅਸਮਾਨ ਤੋਂ ਫੁੱਲਾਂ ਦੀ ਵਰਖਾ ਹੋਈ ਅਤੇ ਸਾਰਿਆਂ ਨੇ ਆ ਕੇ ਵਧਾਈ ਦਿੱਤੀ। ਉਹ ਕਿਹੜੇ ਲੋਕ ਸਨ ਜਿਨ੍ਹਾਂ ਆ ਕੇ ਵਧਾਈ ਦਿੱਤੀ? ਕਿਉਂਕਿ ਇਹਨਾਂ 5-6 ਦੇਵੀ ਦੇਵਤਿਆਂ ਨੂੰ ਛੱਡ ਦਈਏ ਤਾਂ ਲਿਖਾਰੀ ਮੁਤਾਬਕ ਤਾਂ ਸਾਰੇ ਹੀ ਮਾਰੇ ਜਾ ਚੁੱਕੇ ਸਨ। ਸਾਰਿਆਂ ਨੂੰ ਅਸਤੁਜ ਨੇ ਆਪਣੇ ਵੱਲ ਕਰ ਲਿਆ ਸੀ ਅਤੇ ਮਹਾਕਾਲ ਸਾਰਿਆਂ ਨੂੰ ਖਾ ਗਿਆ ਸੀ। ਇਸ ਲਿਖਾਰੀ ਨੇ ਕਈ ਲੂਪ ਹੋਲ ਛੱਡ ਦਿੱਤੇ ਹਨ। ਲੋੜ ਹੈ ਕਿ ਇਸ ਉੱਤੇ ਵਾਦ ਵਿਵਾਦ ਨਾ ਕਰਕੇ ਸਗੋਂ ਇਮਾਨਦਾਰੀ ਨਾਲ ਇਸ ਰਚਨਾ ਨੂੰ ਵਿਚਾਰੀਏ ਤਾਂ ਜੋ ਸਪਸ਼ਟ ਹੋ ਸਕੇ ਕਿ ਕੀ ਵਾਕਿਆ ਹੀ ਇਸ ਰਚਨਾ ਦਾ ਕੋਈ ਵੀ ਹਿੱਸਾ ਸਿੱਖਾਂ ਦੇ ਰੋਜ਼ਾਨਾ ਨੇਮ ਦਾ ਹਿੱਸਾ ਬਣ ਸਕਦਾ ਹੈ। ਖੈਰ ਅੱਗੇ ਲਿਖਦਾ ਹੈ, ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ। ਹੁਣ ਜੇ ਗੁਰਬਾਣੀ ਅਨੁਸਾਰ ਵੀ ਇਹ ਪੰਕਤੀ ਨੂੰ ਵਿਚਾਰੀਏ ਤਾਂ ਸਿਰਫ ਦਾਨਵ ਮਾਰਨ ਕਰਕੇ ਹੀ ਧੰਨ ਧੰਨ ਲੋਗਨ ਕੇ ਰਾਜਾ? ਗੁਰਬਾਣੀ ਦੇ ਇੱਕ ਪਾਵਨ ਸ਼ਬਦ ਨੂੰ ਵਿਚਾਰੀਏ, ਪਾਉਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਧ ਲੈ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਹਾ ਲਿਵ ਲਾਏ। ਇਹ ਸ਼ਬਦ ਸਾਨੂੰ ਹੋਰ ਸਪਸ਼ਟ ਕਰ ਦਿੰਦਾ ਕਿ ਬੇਸ਼ੱਕ ਰਾਮ ਜੀ, ਬ੍ਰਹਮਾ ਜੀ, ਕ੍ਰਿਸ਼ਨ ਜੀ, ਵਿਸ਼ਨੂੰ ਜੀ ਜਾਂ ਮੋਹਣੀ ਅਵਤਾਰ ਜੀ ਨੂੰ
ਬਹੁਤਾਤ ਗਿਣਤੀ ਅਸਤੁਜ ਵਾਂਗ ਹੀ ਰੱਬ ਮੰਨਦੀ ਹੈ। ਪਰ ਨਾਨਕ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਨੇ ਤਾਂ ਪੌਣ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅਤੇ ਅੱਗ ਵਰਗੇ ਵਿਰੋਧੀ ਤੱਤ ਵੀ ਇਕੱਠੇ ਕੀਤੇ, ਅਤੇ ਇਹ ਵਡਿਆਈਆਂ ਭੁਲਾ ਕੇ ਕੋਈ ਇਹ ਸਮਝੇ ਕਿ ਸਿਰਫ ਰਾਵਣ ਮਾਰਨ ਵਿੱਚ ਹੀ ਰੱਬ ਦੀ ਵਡਿਆਈ ਹੈ, ਤਾਂ ਇਹ ਉਸ ਸਮਝਣ ਵਾਲੇ ਦੀ ਮੂਰਖਤਾ ਹੈ। ਹੇ ਕਰਤਾਰ, ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਤੂੰ ਸਾਰਿਆਂ ਵਿੱਚ, ਪ੍ਰਤੇਕ ਜੀਵ ਵਿੱਚ ਵਿਆਪਕ ਹੈ। ਅਤੇ ਦੂਜੇ ਬੰਨੇ ਇਸ ਲਿਖਾਰੀ ਨੂੰ ਦੇਖੋ ਕਿ ਬੇਜ਼ੁਬਾਨ ਘੋੜਿਆਂ ਨੂੰ ਮਾਰਨ ਤੋਂ ਬਾਅਦ ਇੱਕ ਦਾਨਵ ਨੂੰ ਕੋਹ ਕੋਹ ਕੇ ਮਾਰਨ ਵਾਲੇ ਇਸ ਰੱਬ ਲਈ ਅਸਮਾਨ ਤੋਂ ਫੁੱਲਾਂ ਦੀ ਵਰਖਾ ਹੋਣ ਲੱਗ ਪਈ। ਕਮਾਲ ਹੈ ਨਾ ਕਿ ਅੰਤੜੀਆਂ ਬਾਹਰ ਸੀਸ ਧੜ ਤੋਂ ਅਲੱਗ ਹੋਏ ਦਾਨਵ ਦੀ ਲਾਸ਼ ਦਾ ਮੱਥਾ ਅਤੇ ਹੱਥ ਖੱਟਣ ਵਾਲਾ ਕਾਹਦਾ ਗਰੀਬ ਨਿਵਾਜ਼ਾ। ਪੂਰੀ ਕਹਾਣੀ ਅਸੀਂ ਪੜ੍ਹ ਆਏ ਹਾਂ। ਕਿਹੜਾ ਗਰੀਬ ਸਤਾਇਆ ਗਿਆ? ਕੋਈ ਨਹੀਂ। ਫਿਰ ਆਪਣੀ ਹੋਣ ਵਾਲੀ ਪਤਨੀ ਅੱਗੇ ਸ਼ਰਤ ਵੀ ਤਾਂ ਇਸੇ ਨੇ ਰੱਖੀ ਸੀ ਕਿ ਭਾਈ ਜਿਸ ਦਿਨ ਸਵਾਸ ਬੀਰਜ ਨਾਂ ਦਾ ਦੈਤ ਮਾਰਿਆ ਜਾਏਗਾ, ਮੈਂ ਤੇਰੇ ਨਾਲ ਵਿਆਹ ਕਰ ਲਾਂਗਾ। ਇਸ ਵਿੱਚ ਕੀ ਦਾਨਵ ਦੀ ਗਲਤੀ ਸੀਗੀ? ਪੂਰੀ 350 ਪੌੜੀਆਂ ਅਸੀਂ ਪੜ੍ਹਾਂ ਹਾਂ, ਇਸ ਵਿੱਚ ਐਸਾ ਕਿਹੜਾ ਗਰੀਬ ਸਤਾਇਆ ਗਿਆ? ਸੋ ਕੌਣ ਇਹਨਾਂ ਤੋਂ ਪੁੱਛੇ ਕਿ ਭਾਈ ਇੱਥੇ ਕੀ ਚੱਲ ਰਿਹਾ, ਕਿਹੜੀ ਕਹਾਣੀ, ਕੀ ਇਹਦਾ ਸਿਰ ਪੈਰ? ਖੈਰ, ਅੱਗੋਂ ਸ਼ੁਰੂ ਹੋ ਜਾਂਦੀ ਹੈ ਇੱਕ ਹੋਰ ਚੌਪਈ, ਹਮਰੀ ਕਰੋ ਹਾਥ ਦੇ ਰੱਛਾ। ਸਭ ਤੋਂ ਪਹਿਲਾਂ ਅਸੀਂ ਅਖੌਤੀ ਦਸਮ ਗ੍ਰੰਥ ਅਨੁਸਾਰ ਹੀ ਇਸ ਰਚਨਾ ਦਾ ਸਿਰਲੇਖ ਦੇਖੀਏ, ਜੋ ਕਿ ਤਿੰਨ ਹਿੱਸਿਆਂ ਨੂੰ ਜੋੜ ਕੇ ਹੀ ਬਣਾਇਆ ਗਿਆ ਹੈ। ਪਹਿਲਾ ਹੈ ਕਵਿਉਵਾਚ, ਦੂਜਾ ਹੈ ਬੇਨਤੀ, ਅਤੇ ਤੀਜਾ ਹੈ ਚੌਪਈ। ਕਵਿਉਵਾਚ ਵਿੱਚ ਕਵੀ ਦਾ ਅਰਥ ਤਾਂ ਸਪਸ਼ਟ ਹੈ, ਉਵਾਚ ਦਾ ਅਰਥ ਹੈ ਬੋਲਣਾ ਜਾਂ ਬਿਆਨ ਕਰਨਾ। ਸੋ ਕਵਿਉਵਾਚ ਦਾ ਮਤਲਬ ਹੈ ਇਹ ਸ਼ਬਦ ਕਵੀ ਵੱਲੋਂ ਹੀ ਬਿਆਨ ਕੀਤੇ ਗਏ ਹਨ। ਜੇ ਅਗਰ ਅਸੀਂ ਹਿੰਦੂ ਗ੍ਰੰਥਾਂ ਨੂੰ ਪੜ੍ਹਾਂਗੇ ਤਾਂ ਦੋ ਲੋਕਾਂ ਦੇ ਵਿਚਕਾਰ ਹੋਈ ਗੱਲਬਾਤ ਨੂੰ ਦਰਸਾਉਣ ਲਈ ਉੱਥੇ ਇਹੋ ਜਿਹੇ ਸਿਰਲੇਖ ਆਮ ਮਿਲਾਂਗੇ, ਜਿਵੇਂ ਗੀਤਾ ਵਿੱਚ ਸੰਜੇ ਅਤੇ ਧ੍ਰਿਤਰਾਜ ਦੀ ਜਿਹੜੀ ਆਪਸੀ ਗੱਲਬਾਤ ਹੋਈ ਹੈ ਉਸ ਵਿੱਚ ਲਿਖਿਆ ਮਿਲਦਾ ਸੰਜੇ ਉਵਾਚ ਅਤੇ ਧ੍ਰਿਤਰਾਸ਼ਟਰ ਉਵਾਚ। ਜੇ ਅਗਰ ਗੱਲ ਅਖੌਤੀ ਦਸਮ ਗ੍ਰੰਥ ਦੀ ਕਰੀਏ ਤਾਂ ਇਹ ਜਿਹੜਾ ਸਿਰਲੇਖ ਕਵੀ ਉਵਾਚ ਹੈ ਇਹ ਕਈ ਵਾਰ ਇਸ ਗ੍ਰੰਥ ਵਿੱਚ ਅੱਗੇ ਵੀ ਆ ਚੁੱਕਾ ਹੈ। ਅੱਗੋਂ ਸ਼ਬਦ ਬਚਦੇ ਹਨ ਬੇਨਤੀ ਅਤੇ ਚੁਪਈ। ਬੇਨਤੀ ਇੱਥੇ ਕਹਾਣੀ ਸੁਣਾਉਣ ਵਾਲਾ ਉਹ ਮੰਤਰੀ ਹੀ ਕਰ ਰਿਹਾ ਜਾਪਦਾ, ਕਿਉਂਕਿ ਇਸ ਕਹਾਣੀ ਦੇ ਅਖੀਰ ਵਿੱਚ ਭਾਵ ਫੁੱਟ ਨੋਟ ਵਿੱਚ ਇਹ ਸ਼ਬਦ ਲਿਖੇ ਮਿਲਦੇ ਨੇ ਕਿ ਇਤੀ ਸ਼੍ਰੀ ਚਰਿਤ੍ਰੋਪਾਖਿਆ ਨੇ ਤ੍ਰਿਆ ਚਰਿੱਤਰ ਮੰਤਰੀ ਭੂਪ ਸੰਵਾਦੇ 404 ਚਰਿੱਤਰ ਸਮਾਪਤਮ ਸਤ ਸੁਭਮ ਸਤ। ਬੇਨਤੀ ਤੋਂ ਅੱਗੇ ਹੁਣ ਗੱਲ ਕਰੀਏ ਜੇ ਚੁਪਈ ਦੀ, ਤਾਂ ਪਿੱਛੇ ਵੀ ਮੈਂ ਦੱਸ ਆਇਆ ਹਾਂ ਕਿ ਚੁਪਈ ਕਿਸੇ ਰਚਨਾ ਦਾ ਨਾਮ ਨਹੀਂ, ਸਗੋਂ ਛੰਦ ਦੀ ਚਾਲ ਮਾਤਰ ਹੀ ਹੈ। ਆ ਹੁਣ ਜਿਹੜੀਆਂ 29 ਪੌੜੀਆਂ ਬਚੀਆਂ ਹਨ ਇਹਨਾਂ ਦੇ ਅਰਥ ਵੀ ਗੁਰਮਤ ਦੀ ਕਸਵੱਟੀ ਉੱਤੇ ਪਰਖੀਏ। 377ਵੀਂ ਪੌੜੀ ਹੈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹੇ ਮਹਾਕਾਲ ਜੀ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ, ਮੇਰੇ ਮਨ ਦੀ ਇੱਛਾ ਪੂਰੀ ਹੋ ਜਾਏ, ਤੇਰੇ ਚਰਨਾਂ ਵਿੱਚ ਮੇਰਾ ਮਨ ਸਦਾ ਹੀ ਜੁੜਿਆ ਰਹੇ, ਆਪਣਾ ਸਮਝ ਕੇ ਮੇਰੀ ਪ੍ਰਤਪਾਲਨਾ ਕਰੋ। ਇਹ ਪੌੜੀ ਗੁਰਬਾਣੀ ਹੋਣ ਦਾ ਭੁਲੇਖਾ ਪਾਉਂਦੀ ਹੈ। ਸ਼ਾਇਦ ਇਸ ਲਈ 1945 ਵਿੱਚ ਜਦੋਂ ਚੌਪਈ ਨੂੰ ਸਿੱਖ ਰਹਿਤ ਮਰਿਆਦਾ ਵਿੱਚ ਜੋੜਿਆ ਗਿਆ ਤਾਂ ਸ਼ੁਰੂਆਤ ਇੱਥੋਂ ਦੀ ਹੀ ਕੀਤੀ ਗਈ।
ਬੇਸ਼ੱਕ ਅੱਜ ਵੀ ਨਾਨਕ ਸਰ, ਦਮਦਮੀ ਟਕਸਾਲ ਸਮੇਤ ਕਈ ਜਥੇਬੰਦੀਆਂ ਇਸ ਦੀ ਸ਼ੁਰੂਆਤ ਹੋਰ ਪੌੜੀਆਂ ਤੋਂ ਕਰਦੀਆਂ ਹਨ, ਪਰ ਪੌੜੀ ਨੰਬਰ 377 ਨੂੰ ਸਿੱਖ ਰਹਿਤ ਮਰਿਆਦਾ ਨੇ ਪੌੜੀ ਨੰਬਰ 1 ਮੰਨਿਆ ਹੈ। ਪੌੜੀ ਨੰਬਰ 377 ਨੂੰ ਪੌੜੀ ਨੰਬਰ 1 ਲਿਖਣਾ ਸਪਸ਼ਟ ਹੈ, ਅਸਲ ਲਿਖਤ ਨਾਲ ਛੇੜਛਾੜ ਕਰਨਾ ਹੈ। ਇੱਥੋਂ ਇਹ ਗੱਲ ਤਾਂ ਸਾਫ਼ ਹੈ ਕਿ ਇਹ ਗੁਰਬਾਣੀ ਨਹੀਂ, ਕਿਉਂਕਿ ਸਿੱਖ ਧਰਮ ਵਿੱਚ ਗੁਰਬਾਣੀ ਨਾਲ ਛੇੜਛਾੜ ਕਿਸੇ ਵੀ ਕੀਮਤ ਵਿੱਚ ਨਹੀਂ ਹੋ ਸਕਦੀ। ਗੁਰਬਾਣੀ ਜਿਸ ਤਰੀਕੇ ਲਿਖੀ ਗਈ ਹੈ, ਸਾਡੇ ਕੋਲ ਉਦਾਹਰਣ ਵੀ ਆਉਂਦਾ ਹੈ ਮਿੱਟੀ ਬੇਈਮਾਨ ਦੀ, ਮਿੱਟੀ ਮੁਸਲਮਾਨ ਦੀ, ਜਿੱਦਾਂ ਲਿਖੀ ਗਈ ਹੈ ਅਸੀਂ ਉਦਾਂ ਹੀ ਰਹਿਣ ਦੇਣੀ ਹੈ, ਉਸ ਵਿੱਚ ਅਸੀਂ ਛੇੜਛਾੜ ਨਹੀਂ ਕਰ ਸਕਦੇ। ਪਰ ਛੇੜਛਾੜ ਦੀ ਕਹਾਣੀ ਇੱਥੇ ਹੀ ਬਸ ਨਹੀਂ, ਅੱਗੋਂ ਗੁਟਕੇ ਲਿਖਣ ਵਾਲਿਆਂ ਨੇ ਇੱਥੇ ਪਾਤਸ਼ਾਹੀ 10ਵੀਂ ਵੀ ਲਿਖ ਦਿੱਤਾ। ਅੱਗੋਂ ਹੁਣ ਜਿਹੜੇ ਗੁਟਕੇ ਦੇਖੇ ਜਾ ਰਹੇ ਹਨ ਉਸ ਉੱਤੇ ਇੱਕ ਓਂਕਾਰ ਸਤ ਗੁਰਪ੍ਰਸਾਦ ਵੀ ਆ ਗਿਆ, ਜਬਕਿ ਅੱਜ ਵੀ ਅਖੌਤੀ ਦਸਮ ਗ੍ਰੰਥ ਦੀ ਇਸ ਕਹਾਣੀ ਉੱਤੇ ਪਾਤਸ਼ਾਹੀ 10ਵੀਂ ਨਹੀਂ ਲਿਖਿਆ ਮਿਲਦਾ। ਇਸ ਪੂਰੇ ਗ੍ਰੰਥ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰਗ ਗੁਰਪ੍ਰਸਾਦ ਲਿਖਿਆ ਨਹੀਂ ਮਿਲਦਾ। ਖੈਰ, 378ਵੀਂ ਪੌੜੀ ਯਾਨੀ ਕਿ ਜਿਹਨੂੰ ਅਸੀਂ ਅੱਜ ਦੂਜੀ ਪੌੜੀ ਕਹਿੰਦੇ ਹਾਂ, ਹਮਰੇ ਦੁਸ਼ ਸਬੈ ਤੁਮ ਕਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੇਰੇ ਸਾਰੇ ਦੁਸ਼ਮਣਾਂ ਨੂੰ ਹੀ ਤੁਸੀਂ ਖਤਮ ਕਰ ਦਿਓ ਅਤੇ ਮੈਨੂੰ ਆਪਣਾ ਹੱਥ ਦੇ ਕੇ ਬਚਾ ਲਓ। ਹੇ ਕਰਤਾਰ, ਮੇਰਾ ਪਰਿਵਾਰ, ਮੇਰੇ ਸੇਵਕ, ਮੇਰੇ ਸਿੱਖ, ਇਹ ਸਭ ਸੁਖੀ ਵਸਦੇ ਰਹਿਣ। ਜਰਾ ਵਿਚਾਰ ਕੇ ਦੇਖੋ, ਆਹ ਕਿਹੜੇ ਦੁਸ਼ਮਣ ਨੇ ਕਵੀ ਜੀ ਦੇ, ਜਿਨ੍ਹਾਂ ਨੂੰ ਖਤਮ ਕਰਨ ਦੀ, ਜਿਨ੍ਹਾਂ ਨੂੰ ਮਾਰਨ ਦੀ ਅਰਦਾਸ ਕਵੀ ਜੀ ਕਰ ਰਹੇ ਹਨ। ਕਈ ਵੀਰ ਇਹ ਕਹਿੰਦੇ ਹਨ ਕਿ ਇਹ ਵਿਕਾਰ ਹਨ, ਪਰ ਅਸਲ ਵਿੱਚ ਜਿਉਂ ਜਿਉਂ ਅਸੀਂ ਅਗਲੀ ਪੌੜੀਆਂ ਵਿਚਾਰਦੇ ਜਾਵਾਂਗੇ ਸਾਨੂੰ ਜ਼ਰੂਰ ਜਵਾਬ ਮਿਲੇਗਾ ਕਿ ਇਹ ਦੁਸ਼ਮਣ ਕੌਣ ਹਨ। ਦੂਜੀ ਗੱਲ, ਜੇ ਮੇਰਾ ਪਰਿਵਾਰ, ਮੇਰੇ ਸਿੱਖ ਅਤੇ ਮੇਰੇ ਸੇਵਕਾਂ ਦੇ ਹੀ ਸੁਖੀ ਰਹਿਣ ਦੀ ਅਰਦਾਸ ਕਰਨੀ ਹੈ ਤਾਂ ਸਰਬੱਤ ਦੇ ਭਲੇ ਦੀ ਬੇਨਤੀ ਬਾਬਤ ਕੀ ਕਿਹਾ ਜਾਏਗਾ? ਹੈ ਕਿਸੇ ਵੀਰ ਕੋਲ ਕੋਈ ਜਵਾਬ? ਪੌੜੀ ਨੰਬਰ 379 ਮੋਰ ਅੱਛਾ ਨਿਜ ਕਰਦੇ ਕਰੀਏ, ਸਭ ਬੈਰਨ ਕੋ ਆਸ ਸੰਗਰੀਏ, ਇਹ ਤੁਕ ਸਪਸ਼ਟ ਕਰਦੀ ਹੈ ਕਿ ਆਖਿਰ ਇਹ ਦੁਸ਼ਟ ਕੌਣ ਹਨ। ਜੀ ਹਾਂ, ਇਹ ਦੁਸ਼ਟ ਅਸਲ ਵਿੱਚ ਬੇਨਤੀ ਕਰਨ ਵਾਲੇ ਦੇ ਬੈਰੀ ਹਨ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਿਸੇ ਨੂੰ ਬੈਰੀ ਨਹੀਂ ਮੰਨ ਸਕਦੇ, ਕਿਉਂਕਿ ਉਹਨਾਂ ਨੂੰ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਇਹ ਬੋਲ ਜ਼ਰੂਰ ਚੇਤੇ ਹਨ, ਜਬ ਤਾਰੇ ਕੋ ਬੈਰੀ ਮੀਤ, ਤਬਲਕ ਨੇ ਚੱਲਣਾ ਹੀ ਚੀਤ। ਆਖਿਰ ਇਹ ਕਵੀ ਕਿਹੜਾ ਹੋ ਸਕਦਾ ਜਿਸ ਨੂੰ ਲਿਖਦਿਆਂ ਲਿਖਦਿਆਂ ਇਹ ਵੀ ਭੁੱਲ ਗਿਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹ ਗੁਰਬਾਣੀ ਦੀ ਘੋਰ ਅਵੇਲਣਾ ਨਹੀਂ ਤਾਂ ਹੋਰ ਕੀ ਭਲਾ। ਪੌੜੀ ਨੰਬਰ 380ਵੀਂ ਵਿੱਚ ਲਿਖਦਾ, ਤੁਮੇ ਸ਼ਾਟ ਕੋਈ ਅਵਰ ਨਾ ਧਿਆਉ, ਜੋ ਬਰ ਚਹੁ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਏ, ਚੁਨ ਚੁਨ ਸ਼ਤਰ ਹਮਾਰੇ ਮਾਰੀਏ, ਮੈਂ ਤੁਹਾਡੇ ਤੋਂ ਛੁੱਟ ਨਾ ਹੀ ਕਿਸੇ ਨੂੰ ਧਿਆਉਂਦਾ ਹਾਂ ਅਤੇ ਜੋ ਬਰ ਚਾਹੁੰਦਾ ਹਾਂ ਉਹ ਤੁਹਾਡੇ ਤੋਂ ਹੀ ਪ੍ਰਾਪਤ ਕਰ ਲੈਂਦਾ ਹਾਂ। ਕਮਾਲ ਦੇਖੋ, ਇੱਥੇ ਕਵੀ ਜੀ ਕਹਿ ਰਹੇ ਹਨ ਕਿ ਮੈਨੂੰ ਜਿਹੜਾ ਵਰ ਚਾਹੀਦਾ ਹੁੰਦਾ ਹੈ ਉਹ ਮੈਂ ਹੇ ਮਹਾਕਾਲ ਜੀ ਤੁਹਾਡੇ ਕੋਲੋਂ ਹੀ ਮੰਗ ਲੈਂਦਾ ਹਾਂ। ਪਰ ਇਸੇ ਗ੍ਰੰਥ ਦੀ ਸ਼ੁਰੂਆਤ ਵਿੱਚ ਜਦੋਂ ਸੱਤ ਸਹਿ ਦੀ ਕਥਾ ਆਉਂਦੀ ਹੈ ਉੱਥੇ ਇਹ ਦੇਵੀ ਦੁਰਗਾ ਜੀ ਅੱਗੇ ਵੀ ਵਰ ਮੰਗ ਰਹੇ ਦਿਖਾਏ ਗਏ ਹਨ। ਖੈਰ, ਅੱਗੇ ਫਿਰ ਗੁਰਮਤ ਦੇ ਸਰਬੱਤ ਦੇ ਭਲੇ ਦੇ ਮੁੱਖ ਟੀਚੇ ਤੋਂ ਉਲਟ ਮੰਗ ਕਿ ਮੇਰੇ ਸਿੱਖਾਂ ਨੂੰ ਉਤਾਰ ਲੈ
ਅਤੇ ਮੇਰੇ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰ ਦੇ। ਜਿਹੜੇ ਵੀਰ ਇਹ ਸੋਚਦੇ ਹਨ ਕਿ ਭਾਈ ਇਹ ਦੁਸ਼ਮਣ ਸ਼ਾਇਦ ਵਿਕਾਰ ਹੋਣਗੇ, ਤਾਂ ਕਹਾਣੀ ਦੇ ਪ੍ਰਕਰਣ ਮੁਤਾਬਕ ਅਰਬਾਂ ਹੀ ਬੰਦਿਆਂ ਵਿੱਚੋਂ ਜੇ ਕੋਈ ਇੱਕ ਬਾਰ ਬਾਰ ਕ੍ਰੋਧ ਰੂਪੀ ਵਿਕਾਰ ਨਾਲ ਘਿਰਿਆ ਦਿਖ ਰਿਹਾ ਹੈ ਤਾਂ ਉਹ ਅਸਤੁਜ ਆਪ ਹੀ ਹੈ। ਸਮਝ ਨਹੀਂ ਆਉਂਦਾ ਕਿ ਅਸਤੁਜ ਬੇਨਤੀ ਕਰ ਰਿਹਾ ਹੈ ਜਾਂ ਜਿਹੜਾ ਲਿਖ ਰਿਹਾ ਹੈ ਉਹ ਬੇਨਤੀ ਕਰ ਰਿਹਾ ਹੈ। ਪਰ ਫਿਰ ਵੀ ਜੇ ਮੰਨ ਲਈਏ ਕਿ ਇੱਥੇ ਵਿਕਾਰਾਂ ਦੀ ਹੀ ਗੱਲ ਕੀਤੀ ਹੈ, ਤਾਂ ਫਿਰ ਚੁਣ ਚੁਣ ਕੇ ਵਿਕਾਰ ਮਾਰਨ ਦੀ ਅਰਦਾਸ ਰਾਹੀਂ ਕੀ ਸੁਨੇਹਾ ਮਿਲਦਾ ਸਾਨੂੰ, ਅਸੀਂ ਕੀ ਸਿੱਖ ਸਕਦੇ ਹਾਂ? ਜਬਕਿ ਇਸੇ ਕਹਾਣੀ ਵਿੱਚ ਦੋ ਵਾਰ ਅਸਤੁਜ ਵੱਲੋਂ ਚੁਣ ਚੁਣ ਕੇ ਦਾਨਵ ਮਾਰਨ ਦੀ ਗੱਲ ਅਸੀਂ ਸਾਂਝੀ ਕਰ ਚੁੱਕੇ ਹਾਂ। ਪੌੜੀ ਨੰਬਰ 381 ਆਪ ਹਾਥ ਦੇ ਮੁਝੇ ਉਭਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ। ਮਰਨ ਕਾਲ ਕਾ ਤ੍ਰਾਸ, ਇੱਥੋਂ ਕਲੀਅਰ ਹੈ ਕਿ ਲਿਖਾਰੀ ਨੂੰ ਮੌਤ ਦੇ ਸਮੇਂ ਤੋਂ ਡਰ ਲੱਗਦਾ। ਇਹ ਲਿਖਾਰੀ ਪਹਿਲਾਂ ਹੀ ਇਸ ਕਹਾਣੀ ਵਿੱਚ 3 ਵਾਰ ਆਪਣੇ ਡਰ ਬਾਬਤ ਲਿਖ ਚੁੱਕਾ ਹੈ। ਚਲੋ ਉੱਥੇ ਤਾਂ ਸਿਆਹੀ ਕਲਮ ਅਤੇ ਕਾਗਜ਼ ਤੋਂ ਡਰ ਰਿਹਾ ਸੀ ਕਿਤੇ ਖਤਮ ਨਾ ਹੋ ਜਾਏ, ਕਿਤੇ ਮੇਰਾ ਗ੍ਰੰਥ ਵੱਡਾ ਨਾ ਹੋ ਜਾਏ, ਪਰ ਹੁਣ ਇੱਥੇ ਤਾਂ ਇਸਨੇ ਸਪਸ਼ਟ ਕਰ ਦਿੱਤਾ ਕਿ ਮੈਨੂੰ ਮੌਤ ਦੇ ਸਮੇਂ ਤੋਂ ਡਰ ਲੱਗਦਾ ਹੈ। ਮੇਰੇ ਵੀਰੋ, ਆਪਣੇ ਅੰਦਰ ਇੱਕ ਵਾਰ ਉਸ ਨਿਰਭਉ ਨਿਰਵੈਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੇਤਾ ਕਰੋ ਅਤੇ ਇਮਾਨਦਾਰੀ ਨਾਲ ਸੋਚੋ ਕਿ ਕੀ ਇਸ ਕਹਾਣੀ ਦੇ ਲਿਖਾਰੀ ਦੀ ਤੁਲਨਾ ਮਾਤਰ ਵੀ ਕੀਤੀ ਜਾ ਸਕਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ? ਜਿਹੜਾ ਗੁਰੂ ਗੁਰਬਾਣੀ ਵਿੱਚ ਪਹਿਲਾਂ ਹੀ ਲਿਖਦੇ ਕਬੀਰ ਮੋਹ ਮਰਨੇ ਕਾ ਚਾਓ ਹੈ ਮਰੋਂ ਤਾਂ ਹਰ ਕਹਿ ਦੁਆਰ, ਜਿਹੜਾ ਗੁਰੂ ਪਹਿਲਾਂ ਹੀ ਲਿਖਦੇ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋਂ ਲੈ, ਜਿਹੜਾ ਗੁਰੂ ਪਹਿਲਾਂ ਹੀ ਲਿਖਦੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉਸ ਗੁਰੂ ਦਾ ਕੀ ਕੰਪੈਰੀਜ਼ਨ ਹੈ ਇਸ ਵੈਰ ਰੱਖਣ ਵਾਲੇ ਸ਼ਿਵਾ ਮਹਾਕਾਲ ਅਸਤੁਜ ਆਦਿ ਤੂੰ ਆਸ ਰੱਖਣ ਵਾਲੇ ਅਤੇ ਮੌਤ ਤੋਂ ਡਰਨ ਵਾਲੇ ਲਿਖਾਰੀ ਦਾ? ਅੱਗੇ ਲਿਖਦਾ ਹੈ, ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ, ਹੇ ਅਸਤੁਜ ਜੀ ਤੁਸੀਂ ਮੇਰੇ ਪੱਖ ਵਿੱਚ ਆ ਜਾਓ। ਗੁਰੂ ਤਾਂ ਕਹਿੰਦੇ ਹਨ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ, ਕਿ ਜੋ ਮੇਰਾ ਮਿੱਤਰ ਪ੍ਰਭੂ ਕਰਦਾ ਹੈ ਮੈਂ ਉਸਨੂੰ ਸਿਰ ਮੱਥੇ ਉੱਤੇ ਮੰਨਦਾ ਹਾਂ। ਉਸ ਅਕਾਲ ਪੁਰਖ ਦੇ ਕੀਤੇ ਕੰਮ ਮੈਨੂੰ ਸੁੱਖਾਂ ਵਰਗੇ ਹੀ ਲੱਗਦੇ ਹਨ। ਦੂਜੇ ਬੰਨੇ ਇਹ ਲਿਖਾਰੀ ਲਿਖਦਾ ਕਿ ਤੁਸੀਂ ਮੇਰਾ ਪੱਖ ਲਓ ਅਤੇ ਸਿਰਫ ਮੇਰੀ ਰੱਖਿਆ ਕਰੋ। ਇੱਥੇ ਹੀ ਸਾਫ਼ ਹੈ ਕਿ ਇਹ ਲਿਖਾਰੀ ਰੱਬੀ ਹੁਕਮ ਵਿੱਚ ਜੀਣਾ ਨਹੀਂ ਚਾਹੁੰਦਾ, ਬਲਕਿ ਆਪਣੇ ਇਸ਼ਟ ਨੂੰ ਹੀ ਬਾਰ ਬਾਰ ਬੇਨਤੀ ਕਰਦਾ ਹੈ ਕਿ ਬਸ ਮੇਰਾ ਭਲਾ ਕਰ ਅਤੇ ਮੇਰੇ ਪੱਖ ਵੱਲ ਖਲੋ ਜਾ। ਜਿੱਦਾਂ ਅੱਜ ਕੱਲ੍ਹ ਦੋ ਭਰਾ ਜੇ ਆਪਸ ਵਿੱਚ ਪ੍ਰੋਪਰਟੀ ਲਈ ਲੜ ਜਾਣ, ਇੱਕ ਦੂਜੇ 'ਤੇ ਮੁਕੱਦਮਾ ਕਰ ਦੇਣ ਅਤੇ ਦੋਵੇਂ ਹੀ ਗੁਰਦੁਆਰੇ ਵਿੱਚ ਮੁਕੱਦਮਾ ਜਿੱਤਣ ਲਈ ਪਾਠ ਰਖਵਾ ਕੇ ਗ੍ਰੰਥੀ ਸਿੰਘ ਕੋਲੋਂ ਮੁਕੱਦਮਾ ਜਿੱਤਣ ਲਈ ਅਰਦਾਸ ਵੀ ਕਰਵਾ ਦੇਣ, ਅੱਗੋਂ ਗ੍ਰੰਥੀ ਸਿੰਘ ਵੀ 100 ਰੁਪਏ ਦੇ ਲਾਲਚ ਵਿੱਚ ਦੋਨਾਂ ਦੀ ਹੀ ਅਰਦਾਸ ਕਰਦੇ
ਤਾਂ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਉਹ ਦੋ ਭਰਾ ਹੋਣ, ਭਾਵੇਂ ਉਹ ਗ੍ਰੰਥੀ ਸਿੰਘ ਹੋਏ, ਉਹ ਗੁਰੂ ਨੂੰ ਵੀ ਲਾਲਚ ਦੇ ਕੇ ਕਿ ਬਈ ਅਸੀਂ ਤੁਹਾਡਾ ਪਾਠ ਕਰ ਦਿੱਤਾ, ਅਸੀਂ ਦੇਖੋ ਜੀ ਤੁਹਾਡੀ ਇੰਨੀ ਉਸਤ ਕਰਤੀ, ਅਸੀਂ ਆ ਕੇ ਗੁਰਦੁਆਰੇ ਮੱਥਾ ਟੇਕ ਦਿੱਤਾ, ਆਪਣੇ ਪੱਖ ਵਿੱਚ ਕਰਨਾ ਚਾਹੁੰਦੇ ਹਾਂ ਕਿ ਜੀ ਗੁਰੂ ਮੇਰੇ ਵੱਲ ਹੋ ਜਾਏ, ਸੱਚ ਕੀ ਹੈ ਝੂਠ ਕੀ ਹੈ ਇਸ ਨੂੰ ਗੁਰੂ ਵਿਸਾਰ ਦੇਵੇ, ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਗੁਰੂ ਨੂੰ ਵੀ ਲਾਲਚ ਦੇ ਕੇ ਆਪਣੇ ਪੱਖ ਵਿੱਚ ਕਰਨਾ ਚਾਹੁੰਦੇ ਹਾਂ, ਜਾਂ ਉਮੀਦ ਤਾਂ ਜ਼ਰੂਰ ਕਰਦੇ ਹਾਂ ਜਿੱਦਾਂ ਅਸੀਂ ਉਸਤਤ ਦੇ ਭੁੱਖੇ ਆਪਣੇ ਨੇਮ ਫੇਮ ਲਈ, ਆਪਣੇ ਪੱਖ ਲਈ ਝੂਠ ਦਾ ਸਾਥ ਦੇ ਦਿਆਂਗੇ, ਗੁਰੂ ਵੀ ਸ਼ਾਇਦ ਇੱਦਾਂ ਹੀ ਕਰੇਗਾ। ਪਰ ਐਸਾ ਬਿਲਕੁਲ ਵੀ ਨਹੀਂ ਹੈ। ਗੁਰੂ ਕਦੇ ਕਿਸੇ ਦੇ ਪੱਖ 'ਚ ਨਹੀਂ ਖਲੋਂਦਾ, ਉਹ ਤਾਂ ਸੱਚਿਆਰ ਹੈ ਅਤੇ ਸੱਚ ਦੇ ਪੱਖ 'ਚ ਖਲੋਂਦਾ ਹੈ। ਪਰ ਇਹ ਲਿਖਾਰੀ ਤਾਂ ਅਸਤੂ ਜੀ ਨੂੰ ਬੇਨਤੀਆਂ ਕਰੀ ਜਾਂਦਾ ਕਿ ਤੂੰ ਮੇਰੇ ਵੱਲ ਹੋ ਜਾ। ਮੈਂ ਧਿਆਨ ਦਿਵਾ ਦਿਆਂ ਕਿ ਇਸੇ ਕਹਾਣੀ ਵਿੱਚ ਪਹਿਲਾਂ ਵੀ ਇਹ ਅਸਤੂਜ ਇੱਕ ਬੀਬੀ ਵੱਲੋਂ ਬੇਨਤੀ ਕਰਨ ਉਪਰੰਤ ਉਸ ਬੀਬੀ ਨਾਲ ਵਿਆਹ ਕਰਨ ਲਈ ਵੀ ਤਿਆਰ ਹੋ ਗਿਆ ਸੀ। 382ਵੀਂ ਪੌੜੀ ਉੱਤੇ ਫਿਰ ਇਹ ਮੌਤ ਤੋਂ ਡਰਨ ਵਾਲਾ ਲਿਖਾਰੀ ਆਪਣੇ ਰੱਬ ਅਸਤੂਜ ਨੂੰ ਕਹਿੰਦਾ, ਰਾਖ ਲਿਹੋ ਮੈਂ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਇੱਥੇ ਵੀ ਸਮਝੋ ਕਿ ਰੱਬ ਕੇਵਲ ਸੰਤਾਂ ਦਾ ਸਹਾਇਕ ਹੈ, ਫਿਰ ਸਰਬਤ ਦੀ ਪ੍ਰਤਪਾਲਨਾ ਕੌਣ ਕਰ ਰਿਹਾ। ਅਤੇ ਕਮਾਲ ਹੈ ਕਿ ਦੁਸ਼ਟਾਂ ਨੂੰ ਸੁਧਾਰਨ ਦੀ ਗੱਲ ਹੀ ਨਹੀਂ ਹੋ ਰਹੀ, ਬਸ ਮਾਰ ਦਿਓ, ਕਤਲ ਕਰ ਦਿਓ, ਘਾਣ ਕਰ ਦਿਓ। ਜ਼ਰਾ ਵਿਚਾਰ ਕੇ ਦੇਖੋ ਇੱਕ ਵਾਰ ਸਿੱਖ ਇਤਿਹਾਸ ਨੂੰ ਕਿ ਗੁਰੂ ਨਾਨਕ ਸਾਹਿਬ ਜਦੋਂ ਭਾਈ ਸੱਜਣ ਨੂੰ ਮਿਲਣਗੇ, ਉਦੋਂ ਉਹ ਇੱਕ ਠੱਗ ਸਨ, ਉਹਨਾਂ ਦਾ ਕੰਮ ਕੀ ਸੀ, ਲੋਕਾਂ ਨੂੰ ਮਾਰ ਦਿੰਦੇ ਸਨ। ਗੁਰੂ ਸਾਹਿਬ ਦੇ ਨਾਲ ਜਦੋਂ ਉਹਨਾਂ ਦੀ ਗੱਲਬਾਤ ਹੋਈ, ਜਿਸ ਬਾਬਤ ਇਤਿਹਾਸ ਵਿੱਚ ਸ਼ਬਦ ਵੀ ਆਉਂਦਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਉੱਥੇ ਗੁਰੂ ਸਾਹਿਬ ਨੇ ਉਹਨਾਂ ਦਾ ਜੀਵਨ ਪਲਟ ਕੇ ਰੱਖ ਦਿੱਤਾ। ਭੂਮੀਏ ਚੋਰ ਬਾਰੇ ਵੀ ਗੱਲ ਕਰ ਲਈਏ, ਭਾਈ ਭੂਮੀਆਂ ਹੋ ਨਿਬੜੇ, ਅੱਗੇ ਗੁਰੂ ਅਰਜਨ ਸਾਹਿਬ ਦੇ ਵਕਤ ਆ ਜਾਈਏ ਤੇ ਭਾਈ ਮੰਝ ਦੀ ਗੱਲ ਕਰ ਲਈਏ ਕਿ ਕਿਹੜੇ ਬੰਨੇ ਉਹ ਲੱਗੇ ਹੋਏ ਸਨ, ਉੱਥੋਂ ਦੀ ਕਿੱਥੇ ਗੁਰਸਿੱਖੀ ਦਾ ਜੀਵਨ ਉਹਨਾਂ ਨੇ ਧਾਰ ਲਿਆ। ਬਲਕਿ ਉਹਨਾਂ ਨੂੰ ਤਾਂ ਸਪਸ਼ਟ ਕਹਿਤਾ ਸੀ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਣੀ, ਪਹਿਲਾਂ ਦੂਜਾ ਤਿਆਗ ਤਾਂ ਤੈਨੂੰ ਸਿੱਖੀ ਮਿਲੇਗੀ। ਹੁਣ ਜ਼ਰਾ ਇਸ ਬੰਨੇ ਦੇਖੋ, ਸਾਰੇ ਦੁਸ਼ਟਾਂ ਨੂੰ ਮਾਰ ਦਿਓ, ਸਾਰੇ ਦੁਸ਼ਟਾਂ ਦਾ ਕਤਲ ਕਰ ਦਿਓ, ਸਾਰੇ ਦੁਸ਼ਟਾਂ ਨੂੰ ਘਾ ਦਿਓ। ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਭਾਈ ਗੁਰਦਾਸ ਜੀ ਦੇ ਇਹ ਬੋਲ ਭੁੱਲ ਸਕਦੇ ਹਾਂ, ਜਦੋਂ ਭਾਈ ਗੁਰਦਾਸ ਜੀ ਵੀ ਇਹਨਾਂ ਸ਼ਬਦਾਂ ਵਿੱਚ ਹੀ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ। ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰ ਧਾਰੋ। ਹੇ ਕਰਤਾਰ, ਮੈਂ ਇੱਕ ਆਮ ਜਿਹਾ ਮਨੁੱਖ ਹਾਂ, ਤੇਰਾ ਨਾਮ ਜਦੋਂ ਮੈਂ ਭਗਤ ਵਛਲ ਸੁਣਦਾ ਹਾਂ ਤਾਂ ਮੇਰਾ ਮਨ ਵਾਕਿਆ ਨਿਰਾਸ ਹੋ ਜਾਂਦਾ ਹੈ, ਕਿਉਂਕਿ ਮੈਂ ਭਗਤ ਨਹੀਂ ਹਾਂ। ਪਰ ਜਦੋਂ ਸੁਣਦਾ ਹਾਂ ਕਿ ਤੁਸੀਂ ਪਤਿਤ ਪਾਵਨ ਵੀ ਹੋ, ਤੁਸੀਂ ਮੇਰੇ ਵਰਗੇ ਪਤਿਤ ਨੂੰ ਵੀ ਸੁਧਾਰ ਸਕਦੇ ਹੋ, ਤਾਂ ਮੇਰੀ ਇੱਕ ਵਾਰ ਫਿਰ ਆਸ ਬਣ ਜਾਂਦੀ ਹੈ। ਕਿੰਨਾ ਸਪਸ਼ਟ ਹੈ ਨਾ ਕਿ ਜਿੱਥੇ ਉਹ ਪਰਮਾਤਮਾ ਭਗਤ ਵਛਲ ਹੈ, ਉੱਥੇ ਪਤਿਤ ਪਾਵਨ ਵੀ ਹੈਗਾ ਵੇ। ਇੱਦਾਂ ਥੋੜ੍ਹੀ ਨਾ ਹੁੰਦਾ ਕਿ ਜੀ ਇਹਨੂੰ ਮਾਰ ਦਿਓ, ਇਹਨੂੰ ਮਾਰ ਦਿਓ, ਖਾਨ ਆ ਗਏ ਮਾਰ ਦਿਓ, ਦਾਨਵ ਆ ਗਏ ਮਾਰ ਦਿਓ। ਉਹਨਾਂ ਨੇ ਕੀ ਗਲਤੀ ਕੀਤੀ ਹੈ, ਉਹਨਾਂ ਦੇ ਸੁਧਾਰ ਬਾਬਤ ਕੀ ਗੱਲ ਹੋ ਰਹੀ ਹੈ? ਕਿ ਲਿਖਾਰੀ ਭੁੱਲ ਗਿਆ ਸੀ ਕਿ ਇੱਕ ਬੰਦੇ ਦਾ ਸੁਧਾਰ ਵੀ ਹੋ ਸਕਦਾ ਹੈ? ਗੁਰਬਾਣੀ ਵਿੱਚ ਆਏ
ਇਹ ਪਾਵਨ ਬੋਲ ਚੇਤੇ ਕਰੋ ਜੀ। ਪ੍ਰਭ ਭਾਵ ਹੈ ਤਾਂ ਪਤਿਤ ਉਧਾਰ ਹੈ। ਕਿਧਰੇ ਵੀ ਚੌਪਈ ਵਿੱਚ ਇਹੋ ਜਿਹੇ ਸ਼ਬਦ ਨਹੀਂ ਮਿਲਦੇ, ਕਿਧਰੇ ਵੀ ਇਸ ਕਹਾਣੀ 'ਚ ਇਹੋ ਜਿਹੇ ਸ਼ਬਦ ਨਹੀਂ ਮਿਲਦੇ ਜਿੱਥੇ ਕਿਸੇ ਨੂੰ ਉਦਾਹਰਣ ਦੀ ਗੱਲ ਕੀਤੀ ਜਾ ਰਹੀ ਹੋਵੇ। ਬਸ ਜੀ ਸੰਘਾਰ ਕਰ ਦਿਓ, ਬਸ ਜੀ ਮਾਰ ਦਿਓ, ਪਤਾ ਨਹੀਂ ਕਿਹੋ ਜਿਹੀ ਮਾਨਸਿਕਤਾ ਹੈ ਇਸ ਲਿਖਾਰੀ ਦੀ। 383 ਤੋਂ ਲੈ ਕੇ 385 ਤੱਕ ਕਾਲ ਦੀ ਉਸਤ ਵਿੱਚ ਇਹ ਸ਼ਬਦ ਕਵੀ ਵੱਲੋਂ ਬੋਲੇ ਗਏ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਅੱਗੇ ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਹ ਸ਼ਬਦ ਪੜ੍ਹ ਕੇ ਇੱਕ ਵਾਰ ਫਿਰ ਭੁਲੇਖਾ ਉੱਠਦਾ ਹੈ, ਕਿਤੇ ਲਿਕਾਰੀ ਸ਼ਾਇਦ ਉਸੇ ਪਰਮਾਤਮਾ ਦੀ ਗੱਲ ਤਾਂ ਨਹੀਂ ਕਰ ਰਿਹਾ ਜਿਸਨੇ ਬ੍ਰਹਮਾ ਸ਼ਿਵ ਜੀ ਇਹ ਪੂਰਾ ਜਗਤ ਬਣਾਇਆ। ਪਰ ਇਸ ਚਲਾਕ ਲਿਖਾਰੀ ਦੇ ਲਿਖੇ ਗ੍ਰੰਥ ਨੂੰ ਜਿਉਂ ਜਿਉਂ ਪੜ੍ਹਦੇ ਚਲੇ ਜਾਵਾਂਗੇ, ਨਾਲ ਨਾਲ ਹੀ ਇਸ ਦੀ ਭਾਵਨਾ ਸਮਝ ਆ ਜਾਏਗੀ। ਆਓ ਇਸੇ ਲਿਖਾਰੀ ਦੀ ਕਲਮ ਤੋਂ ਸਾਂਝਾ ਕਰੀਏ ਕਿ ਇਹਨਾਂ ਦੇ ਰੱਬ ਕਾਲ ਜੀ ਨੇ ਇਹ ਜਗਤ ਕਿੱਦਾਂ ਬਣਾਇਆ। ਪ੍ਰਥਮ ਕਾਲ ਜਬ ਕਰਾ ਪਸਾਰਾ, ਓਂਕਾਰ ਤੇ ਸ੍ਰਿਸ਼ਟ ਉਪਾਰਾ, ਕਾਲ ਸੈਨ ਪ੍ਰਥਮੈ ਭਇਓ ਭੂਪਾ। ਲਿਖਦੇ ਹਨ ਕਿ ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪਸਾਰਾ ਕੀਤਾ ਤਾਂ ਉਸਨੇ ਓਂਕਾਰ ਤੋਂ ਸ੍ਰਿਸ਼ਟੀ ਦੀ ਸਿਰਜਣਾ ਕਰਵਾਈ। ਸਭ ਤੋਂ ਪਹਿਲਾਂ ਇੱਕ ਰਾਜਾ ਹੋਇਆ ਕਾਲ ਸੈਨ, ਜਿਵੇਂ ਹੀ ਸ੍ਰਿਸ਼ਟੀ ਬਣੀ ਸਭ ਤੋਂ ਪਹਿਲਾਂ ਇੱਕ ਰਾਜਾ ਬਣ ਗਿਆ। ਹੁਣ ਸੋਚ ਕੇ ਦੇਖੋ, ਪ੍ਰਜਾ ਹੈਗੀ ਨਹੀਂ ਜੀ, ਇੱਕ ਰਾਜਾ ਹੋ ਗਿਆ, ਖੈਰ ਹੋ ਸਕਦਾ ਹੈ। ਖੈਰ ਪਹਿਲਾ ਹੋਇਆ ਰਾਜਾ ਕਾਲ ਸੈਨ, ਦੂਜਾ ਹੋਇਆ ਕਾਲ ਕੇਤ, ਤੀਜਾ ਹੋਇਆ ਕਰੂਰ ਬਰਸ। ਇੱਥੇ ਵੀ ਕਰੂਰਤਾ ਵਾਲੀ ਗੱਲ ਹੈ। ਤੀਜਾ ਰਾਜਾ ਜਿਹੜਾ ਹੋਇਆ ਸ੍ਰਿਸ਼ਟੀ ਬਣਦਿਆਂ ਹੀ ਉਹਦਾ ਨਾਂ ਸੀ ਕਰੂਰ ਬਰਸ। ਚੌਥਾ ਹੋਇਆ ਕਾਲ ਤੁਜ, ਜੀ ਹਾਂ ਅਸ ਤੁਜ ਦੇ ਬਾਅਦ ਕਾਲ ਤੁਜ, ਚੌਥਾ ਹੋਇਆ ਕਾਲ ਤੁਜ। ਇਹ ਕਾਲ ਤੁਜ ਰਾਹੀਂ ਹੀ ਜਗਤ ਦਾ ਸਭ ਕੁਝ ਹੋਂਦ ਵਿੱਚ ਆਇਆ। ਇਸੇ ਰਾਜੇ ਦੇ ਸਰੀਰ ਉੱਤੇ ਹਜ਼ਾਰਾਂ ਅੱਖਾਂ ਸਨ, ਹਜ਼ਾਰਾਂ ਹੀ ਪੈਰ ਸਨ, ਉਹ ਸ਼ੇਸ਼ ਨਾਗ ਦੀ ਸੇਜ ਉੱਤੇ ਸੌਂਦਾ ਸੀ। ਇਸ ਲਈ ਜਗਤ ਇਸ ਨੂੰ ਸੇਖ ਸਾਏ ਵੀ ਕਹਿੰਦਾ ਸੀ। ਇਹ ਰਾਜੇ ਨੇ ਆਪਣੇ ਇੱਕ ਕੰਨ ਵਿੱਚੋਂ ਮੈਲ ਕੱਢੀ। ਇਹ ਦੇਖੋ ਜੀ ਕਿਸ ਤਰੀਕੇ ਸ੍ਰਿਸ਼ਟੀ ਪੈਦਾ ਕੀਤੀ ਜਾ ਰਹੀ ਹੈ ਕਾਲ ਵੱਲੋਂ। ਇਸ ਰਾਜੇ ਨੇ ਆਪਣੇ ਇੱਕ ਕੰਨ ਵਿੱਚੋਂ ਮੈਲ ਕੱਢੀ, ਉਸ ਤੋਂ ਮਧ ਅਤੇ ਕੀਟਪ ਪੈਦਾ ਹੋਏ, ਫਿਰ ਦੂਜੇ ਕੰਨ ਤੋਂ ਮੈਲ ਕੱਢੀ, ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣ ਗਈ। ਸੋ ਇਹ ਹੈ ਜੀ ਜਵਨ ਕਾਲ ਸਭ ਜਗਤ ਬਣਾਇਓ ਵਾਲੀ ਕਹਾਣੀ। ਇਹ ਵੀ ਹੁਣ ਤੁਹਾਡੇ ਸਾਹਮਣੇ ਹੈ ਕਿ ਕੰਨ ਦੀ ਮੈਲ ਤੋਂ ਸ੍ਰਿਸ਼ਟੀ ਬਣ ਗਈ। ਇਹ ਕਹਾਣੀ ਵੀ ਚੌਪਈ ਛੰਦ ਵਿੱਚ ਹੀ ਕਵੀ ਬੰਸ ਕਥਨੰਗ ਵਿੱਚ ਤੁਸੀਂ ਸਾਰੇ ਪੜ੍ਹ ਸਕਦੇ ਹੋ। ਇਹ ਤਾਂ ਗੱਲ ਹੋ ਗਈ ਜਵਨ ਕਾਲ ਸਭ ਜਗਤ ਬਣਾਇਓ ਦੀ। ਹੁਣ ਗੱਲ ਕਰੀਏ ਕਿ ਜਿਸ ਕਾਲ ਅਸ ਤੁਜ, ਖੜਕ ਕੇਤ, ਅਸ ਕੇਤ ਅਤੇ ਮਹਾਕਾਲ ਆਦਿ ਨੂੰ ਇਸ ਕਹਾਣੀ ਦੇ ਲਿਖਾਰੀ ਵੱਲੋਂ ਇਤਨਾ ਮਹਾਨ ਦੱਸਿਆ ਗਿਆ ਹੈ, ਕੀ ਕਾਰਨ ਹੈ ਕਿ ਇਹਨਾਂ ਵਿੱਚੋਂ ਬਹੁਤਾਤ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੀ ਨਹੀਂ ਹੈ, ਅਤੇ ਜਿਹੜੇ ਦਰਜ ਹਨ ਉਹ ਵੀ ਰੱਬ ਪਰਤਾਏ ਕਿਤੇ ਵੀ ਲਿਖੇ ਨਹੀਂ ਮਿਲਦੇ। ਬਲਕਿ ਗੁਰਬਾਣੀ ਵਿੱਚ ਤਾਂ ਇਹ ਹੁਕਮ ਮਿਲਦਾ ਹੈ ਕਿ ਭਾਈ ਜਿਉਂ ਜਿਉਂ ਤੂੰ ਰੱਬ ਦਾ ਸਿਮਰਨ ਕਰੇਗਾ, ਜਿਉਂ ਜਿਉਂ ਤੂੰ ਉਸ ਪਰਮਾਤਮਾ ਨੂੰ ਚੇਤੇ ਰੱਖੇਗਾ, ਤੈਨੂੰ ਮਹਾਕਾਲ ਨਹੀਂ ਖਾ ਸਕੇਗਾ। ਇਸ ਤੋਂ ਸਪਸ਼ਟ ਹੈ ਕਿ ਮਹਾਕਾਲ ਜੀਵਨ ਦੇਣ ਦੇ ਲਾਇਕ ਨਹੀਂ ਹੈ। ਪਰ ਇੱਥੇ ਲਿਖਿਆ ਕਾਲ ਪਾਏ ਬ੍ਰਹਮਾ ਬਪਤਰਾ, ਗੁਰੂ ਸਾਹਿਬ ਜੀ ਨੇ ਇੱਕ ਬਹੁਤ ਹੀ ਪਿਆਰਾ ਸ਼ਬਦ ਕਾਲ ਅਤੇ ਕਾਲ ਪੁਰਖ ਨੂੰ ਡਿਫਾਈਨ ਕਰਦਿਆਂ
ਸਾਡੀ ਝੋਲੀ ਪਾਇਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਵਿੱਦਿਆ ਨਾਲ ਭਰਿਆ ਹੋਇਆ ਅਸਲ ਵਿਦਵਾਨ ਉਹੀ ਹੈ ਜੋ ਮਨ ਨੂੰ ਵਸ ਕਰਨ ਦਾ ਯਤਨ ਕਰਦਾ ਹੈ, ਗੁਰੂ ਦੇ ਦੱਸੇ ਰਾਹ ਉੱਤੇ ਚੱਲ ਕੇ ਮੌਤ ਦੇ ਸਹਿਮ ਨਾਲ ਟਾਕਰਾ ਕਰਦਾ ਹੈ। ਉਹ ਇਹੋ ਜਿਹੀ ਬੇਨਤੀਆਂ ਥੋੜ੍ਹੀ ਨਾ ਕਰਦਾ ਮਰਨ ਕਾਲ ਕਾ ਤ੍ਰਾਸ ਨਿਵਰੀਏ, ਉਹ ਤਾਂ ਸਗੋਂ ਮੌਤ ਦੇ ਸਹਿਮ ਨਾਲ ਟਾਕਰਾ ਕਰਦਾ ਹੈ ਜੋ ਜਮਰਾਜ ਦੇ ਇਸ ਮਾਨ ਦਾ ਨਾਸ਼ ਕਰ ਦਿੰਦਾ ਹੈ ਕਿ ਸਾਰਾ ਜਗਤ ਉਸ ਤੋਂ ਥਰ ਥਰ ਕੰਬਦਾ ਹੈ। ਐਸੇ ਵਿਦਵਾਨ ਨੂੰ ਮੇਰਾ ਸਲਾਮ ਹੈ। ਸੋ ਇੱਥੇ ਵੀ ਕਾਲ ਜਾਂ ਕਾਲ ਪੁਰਖ ਰੱਬ ਲਈ ਨਹੀਂ ਬਲਕਿ ਜਮਰਾਜ ਅਤੇ ਮੌਤ ਲਈ ਵਰਤਿਆ ਗਿਆ ਹੈ। ਸ਼ਬਦ ਇਹ ਹਨ ਜੀ, ਸੋ ਮੁੱਲਾ ਜੋ ਮਨ ਸਿਉਂ ਲੜੈ, ਗੁਰ ਉਪਦੇਸ਼ ਕਾਲ ਸਿਉਂ ਜੁੜੈ, ਕਾਲ ਨਾਲ ਜੂਝ ਜਾਏ। ਕਾਲ ਪੁਰਖ ਕਾ ਮਰਦੈ ਮਾਨ, ਇਸ ਕਾਲ ਪੁਰਖ ਦਾ ਮਾਨ ਨਾਸ ਕਰ ਦੇ। ਤਿਸ ਮੁੱਲਾ ਕੋ ਸਦਾ ਸਲਾਮ, ਐਸੇ ਵਿਦਵਾਨ ਨੂੰ ਸਦਾ ਸਦਾ ਸਲਾਮ ਹੈਗੀ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਖੈਰ ਪੌੜੀ ਨੰਬਰ 386, 87ਵੀਂ ਅਤੇ 88ਵੀਂ ਵਿੱਚ ਮੁੜ ਉਹੀ ਸਭ ਲਿਖਿਆ ਕਿ ਸੰਤਾਂ ਦੇ ਦੁਖੀ ਹੋਣ ਨਾਲ ਤੁਸੀਂ ਦੁਖੀ ਹੋ ਜਾਂਦੇ ਹੋ, ਜਬਕਿ ਗੁਰਬਾਣੀ ਅਨੁਸਾਰ ਵੀ ਇਹ ਗੱਲ ਸਹੀ ਨਹੀਂ, ਕਿਉਂਕਿ ਰੱਬ ਨੂੰ ਦੁੱਖ ਨਹੀਂ ਹੁੰਦਾ, ਉਹ ਤਾਂ ਸਦਾ ਵਿਕਾਸ ਵਿੱਚ ਰਹਿੰਦਾ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। 389ਵੀਂ ਤੋਂ 395ਵੀਂ ਪੌੜੀ ਤੱਕ ਸਾਰੀ ਗੱਲਾਂ ਬੇਸ਼ੱਕ ਸਾਨੂੰ ਭੁਲੇਖਾ ਪਾਣਗੀਆਂ ਕਿ ਇਹ ਗੁਰਮਤ ਦੇ ਅਨੁਕੂਲ ਹੀ ਹਨ, ਪਰ ਇੱਥੇ ਇਹ ਸਮਝਣਾ ਹੈ ਕਿ ਲਿਖਾਰੀ ਕਿਸ ਨੂੰ ਨਿਰੰਕਾਰ ਨਿਰਵਿਕਾਰ ਕਹਿ ਆਇਆ ਹੈ। ਅਸੀਂ ਆਲਰੇਡੀ ਪਹਿਲੇ ਭਾਗ ਵਿੱਚ ਸਮਝ ਆਇਆ ਕਿ 90ਵੀਂ ਪੌੜੀ ਤੋਂ 99ਵੀਂ ਪੌੜੀ ਤੱਕ ਇਹੀ ਲਿਖਾਰੀ ਵੱਲੋਂ ਇਹ ਦਰਸਾਇਆ ਗਿਆ ਕਿ ਬ੍ਰਹਮਾ ਵਿਸ਼ਨੂੰ ਕਾਰਤਿਕੇ ਆਦਿ ਡਰ ਗਏ। ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਬੇਨਤੀ ਕਾਲ ਅੱਗੇ ਕੀਤੀ ਕਿ ਨਿਰੰਕਾਰ ਨਿਰਵੈਰ ਨਿਰਾਲਮ ਸਭ ਹੀ ਕੇ ਮਨ ਕੀ ਤੂਹੈ ਮਾਲਮ। ਅਖੀਰ ਲਿਖਦਾ ਹੈ ਕਿ ਸ਼ਰਨ ਪਰੇ ਇਹ ਬਿਧ ਬੇਨਤੀ ਕਰ, ਤ੍ਰਾਹੇ ਤ੍ਰਾਹੇ ਰਾਖੋ ਹਮ ਤੁਰ ਤਰ। ਅੱਗੋਂ ਜਦੋਂ ਇਹ ਬੇਨਤੀ ਕਰਦਾ ਹੈ ਤਾਂ ਉਹ ਕਾਲ ਪਲਟ ਕੇ ਕਹਿ ਕਹਿ ਹਸਾ ਬਚਨ ਸੁਨ ਕਾਨਾ, ਭਗਤ ਜਾਣ ਕਰ ਭਇਓ ਕਿਰਪਾਲਾ। ਕਹਿ ਕਹਿ ਕੇ ਹੱਸਿਆ ਜਦੋਂ ਇਹ ਬਚਨ ਉਸ ਕਾਲ ਨੇ ਆਪਣੇ ਕੰਨ ਨਾਲ ਸੁਨੇ ਅਤੇ ਉਹਨਾਂ ਦੀ ਰੱਖਿਆ ਲਈ ਆ ਗਿਆ। ਪਾਓ ਇਹ ਕਾਲ ਜਿਸ ਨੂੰ ਇਹ ਨਿਰੰਕਾਰ ਕਿਹਾ ਜਾ ਰਿਹਾ ਹੈ, ਇਹ ਕਾਲ ਸਰੀਰਧਾਰੀ ਹੈ, ਇਹ ਹੱਸ ਰਿਹਾ ਹੈ। ਅੱਗੇ 396ਵੀਂ ਪੌੜੀ ਵਿੱਚ ਫਿਰ ਉਹੀ ਕਿ ਸਿੱਖਾਂ ਨੂੰ ਬਚਾ ਲਓ ਅਤੇ ਅਸਿੱਖਾਂ ਦਾ ਨਾਸ਼ ਕਰ ਦਿਉ। ਇੱਥੇ ਆ ਕੇ ਇਸ ਲਿਖਾਰੀ ਦੇ ਬਾਬਤ ਹੋਰ ਸਪਸ਼ਟ ਹੋ ਜਾਂਦਾ ਹੈ। ਪਹਿਲਾਂ ਤਾਂ ਸਿੱਖੀ ਜਾਂ ਸਿੱਖ ਸ਼ਬਦ ਦਾ ਕਦੇ ਵੀ ਅਪੋਜ਼ਿਟ ਸ਼ਬਦ ਨਹੀਂ ਹੋ ਸਕਦਾ, ਜਿਵੇਂ ਤੁਸੀਂ ਮੁਸਲਮਾਨ ਦਾ ਅਪੋਜ਼ਿਟ ਅਮੁਸਲਮਾਨ ਨਹੀਂ ਕਹਿ ਸਕਦੇ, ਗੁਰਮੁਖ ਦਾ ਅਪੋਜ਼ਿਟ ਅਗੁਰਮੁਖ ਨਹੀਂ ਲਿਖ ਸਕਦੇ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹ ਸ਼ਬਦ ਨਹੀਂ ਲਿਖਿਆ ਮਿਲਦਾ। ਹਾਂ, ਭਾਈ ਕਾਨ ਸਿੰਘ ਜੀ ਨਾਭਾ ਵੱਲੋਂ ਬੇਸ਼ੱਕ ਮਹਾਨ ਕੋਸ਼ ਵਿੱਚ ਇਸ ਸ਼ਬਦ ਦੇ ਅਰਥ ਲਿਖੇ ਹਨ ਕਿ ਜਿਸਨੇ ਗੁਰੂ ਨਾਨਕ ਸਾਹਿਬ ਦਾ ਧਰਮ ਧਾਰਨ ਨਹੀਂ ਕੀਤਾ ਉਹ ਅਸਿੱਖ ਹੈ। ਹੁਣ ਵਿਚਾਰ ਕੇ ਦੇਖੋ ਕਿ ਜਿਨ੍ਹਾਂ ਨੇ ਨਹੀਂ ਕੀਤਾ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਹੈ। ਅਸੀਂ ਕੌਣ ਹੁੰਦੇ ਹਾਂ ਇਹਨਾਂ ਦਾ ਬੁਰਾ ਚਿਤਵਨ ਵਾਲੇ ਕਿ ਸਿੱਖ ਉਭਾਰ ਅਸਿੱਖ ਸੰਗਰੋ। ਇਹ ਗੁਰਮਤ ਤਾਂ ਨਹੀਂ ਕਿ ਜਿਹੜਾ ਸਾਡੇ ਧਰਮ ਨੂੰ ਨਾ ਮੰਨੇ।
ਅਸੀਂ ਉਸ ਦੇ ਸੰਘਾਰ ਦੀਆਂ ਬੇਨਤੀਆਂ ਕਰੀਏ ਅਤੇ ਨਾ ਹੀ ਮਲੇਛਾਂ ਜਿਨ੍ਹਾਂ ਬਾਬਤ ਅਸੀਂ ਪਿੱਛੇ ਗੱਲ ਕਰ ਆਏ ਹਾਂ ਉਹਨਾਂ ਲਈ ਵੀ ਇਹੋ ਜਿਹੀਆਂ ਬੇਨਤੀਆਂ ਕਰਨੀਆਂ ਜਾਂ ਕਰਵਾਉਣੀਆਂ ਗੁਰਮਤ ਤਾਂ ਨਹੀਂ? ਗੁਰਮਤ ਵਿੱਚ ਜ਼ਬਰ ਥੋੜ੍ਹੇ ਹੈ, ਇਹ ਕੋਈ ਔਰੰਗਜ਼ੇਬ ਦਾ ਚਲਾਇਆ ਪੰਥ ਥੋੜ੍ਹੀ ਹੈ ਜਿੱਥੇ ਤਲਵਾਰ ਦੇ ਜ਼ੋਰ 'ਤੇ ਅਸੀਂ ਕੋਈ ਕੰਮ ਕਰਾਂਗੇ। ਇਹ ਤਾਂ ਪਿਆਰ ਦੀ ਖੇਡ ਹੈ, ਜਿਸ ਨੂੰ ਸਮਝ ਆਈ ਉਸਨੇ ਅਪਣਾ ਲਈ। ਉਹਨਾਂ ਬਾਬਤ ਇਹ ਬੇਨਤੀ ਕਿ ਜੀ ਸਿੱਖ ਉਬਾਰ ਅਸਿੱਖ ਸੰਘਰੋ। ਅੱਗੇ ਆਈਏ ਜੀ 397 ਵੀ ਪੌੜੀ। ਜੇ ਅਸਤੁਜ ਤਵ ਸ਼ਰਨੀ ਪਰੈ, ਤਿਨਕੇ ਦੁਸ਼ ਦੁਖਤਵੈ ਮਰੈ। ਅੱਗੇ ਫਿਰ ਉਹੀ ਅਸਤੁਜ ਜੀ ਦੀ ਸ਼ਰਨ ਪੈਣ ਦੀ ਵਡਿਆਈ ਕਿ ਜਿਹੜਾ ਅਸਤੁਜ ਜੀ ਦੀ ਸ਼ਰਨੀ ਪੈਂਦਾ ਉਹਦੇ ਦੁਸ਼ਮਣ ਦੁਖੀ ਹੋ ਕੇ ਮਰ ਜਾਂਦੇ ਹਨ। ਦੁਖੀ ਹੋ ਕੇ ਮਰਨ ਵਾਲੀ ਕਹਾਣੀ ਦਾ ਹਿੱਸਾ ਵੀ ਅਸੀਂ ਵਿਚਾਰ ਆਏ ਹਾਂ ਅਤੇ ਦੁਖੀ ਹੋ ਕੇ ਕਦੀ ਵਿਕਾਰ ਨਹੀਂ ਮਰਦੇ। ਇਸ ਕਰਕੇ ਇੱਥੋਂ ਇੱਕ ਵਾਰ ਫਿਰ ਸਪਸ਼ਟ ਹੈ ਕਿ ਦੁਸ਼ਮਣ ਜਿਹੜੇ ਹਨ ਉਹ ਕੁਛ ਹੋਰ ਹੀ ਹਨ, ਉਹ ਵਿਕਾਰ ਨਹੀਂ ਹਨ। ਅੱਗੇ ਕਾਲ ਜੀ ਦੀ ਵਡਿਆਈ ਅਤੇ ਉਸ ਨਾਲ ਮਿਲਣ ਵਾਲੇ ਪਦਾਰਥਾਂ ਦਾ ਲਾਲਚ। ਅਖੀਰ ਵਿੱਚ ਇੱਕ ਬੇਨਤੀ ਕਿ ਹੇ ਖੜਕ ਕੇਤ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਆਪਣਾ ਹੱਥ ਦੇ ਕੇ ਬਚਾ ਲਓ। ਹਰ ਜਗ੍ਹਾ ਤੁਸੀਂ ਮੇਰੇ ਸਹਾਈ ਹੋਵੋ ਅਤੇ ਦੁਸ਼ਮਣਾਂ ਅਤੇ ਦੁੱਖਾਂ ਤੋਂ ਮੈਨੂੰ ਬਚਾ ਲਵੋ। ਅੱਗੇ ਜਗਤ ਮਾਤਾ ਭਗਵਤੀ ਜੀ ਦਾ ਧੰਨਵਾਦ ਕਰਦਿਆਂ ਲਿਖਾਰੀ ਸ਼ੁਕਰ ਕਰਦਾ ਹੈ ਕਿ ਮੇਰੇ ਉੱਤੇ ਜਗਤ ਮਾਤਾ ਦੀ ਬਖਸ਼ਿਸ਼ ਹੋਈ ਹੈ ਅਤੇ ਸ਼ੁਭ ਗੁਣਾਂ ਨਾਲ ਭਰਿਆ ਗ੍ਰੰਥ ਹੁਣ ਸੰਪੂਰਨ ਹੋ ਗਿਆ ਹੈ। ਇਹ ਜਗਤ ਮਾਤਾ ਮੇਰੇ ਸਰੀਰ ਦੇ ਸਾਰੇ ਪਾਪਾਂ ਨੂੰ ਨਸ਼ ਕਰਨ ਵਾਲੀ ਹੈ ਅਤੇ ਮੇਰੇ ਵੈਰੀਆਂ ਨੂੰ ਵੀ ਨਸ਼ ਕਰਨ ਵਾਲੀ ਹੈ। ਸ਼੍ਰੀ ਅਸਤੁਜ ਜੀ ਜਦੋਂ ਦਿਆਲ ਹੋਏ ਤਾਂ ਉਸੇ ਵੇਲੇ ਮੈਂ ਇਹ ਗ੍ਰੰਥ ਪੂਰਾ ਕਰ ਲਿਆ। ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋਵਾਂਗੇ ਅਤੇ ਉਸਨੂੰ ਕੋਈ ਦੁੱਖ ਨਹੀਂ ਲੱਗੇਗਾ ਜਿਹੜਾ ਇਹ ਗ੍ਰੰਥ ਪੜ੍ਹੇਗਾ। ਅੜਿਲ ਵਿੱਚ ਇੱਕ ਵਾਰ ਫਿਰ ਲਾਲਚ ਦਿੱਤਾ ਗਿਆ ਹੈ ਕਿ ਜੇ ਅਗਰ ਕੋਈ ਗੂੰਗਾ ਇਸ ਗ੍ਰੰਥ ਨੂੰ ਸੁਣੇਗਾ ਉਹ ਜ਼ਬਾਨ ਪ੍ਰਾਪਤ ਕਰ ਲਏਗਾ, ਕੋਈ ਮੂਰਖ ਚਿੱਤ ਲਗਾ ਕੇ ਸੁਣੇਗਾ ਤਾਂ ਸਿਆਣਾ ਹੋ ਜਾਏਗਾ। ਦੁੱਖ ਦਰਦ ਅਤੇ ਭੈ ਨਿਕਟ ਨਹੀਂ ਆਵਾਂਗੇ ਇੱਕ ਵਾਰ ਵੀ ਇਹ ਵਾਲੀ ਚੌਪਈ ਦਾ ਪਾਠ ਕਰੇਗਾ। ਇੱਥੇ ਸਾਨੂੰ ਦੋ ਗੱਲਾਂ ਵਿਚਾਰਨੀਆਂ ਨੇ। ਇੱਕ ਤਾਂ ਗੁਰਮਤਿ ਦਾ ਸੰਦੇਸ਼ ਸਪਸ਼ਟ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਪਰ ਇੱਥੇ ਰਚਨਾ ਦੇ ਅਖੀਰ ਵਿੱਚ ਮਿਲਣ ਵਾਲੇ ਪਦਾਰਥਾਂ ਦੀ ਲਿਸਟ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅੱਗੇ ਵੀ ਕਈ ਰਚਨਾਵਾਂ ਦੇ ਪਿੱਛੇ ਅਖੀਰਲੀ ਪੌੜੀਆਂ ਵਿੱਚ ਇਹ ਲਿਖ ਆਇਆ ਹੈ। ਮੈਂ ਤੁਹਾਨੂੰ ਕੁਛ ਉਦਾਹਰਣ ਦੇ ਰਿਹਾ ਹਾਂ। ਚੰਡੀ ਚਰਿੱਤਰ ਉਕਤ ਬਿਲਾਸ ਵਿੱਚ ਲਿਖਦਾ ਹੈ, ਕੋ ਤਕ ਹੇਤ ਕਰੀ ਕਵਨੇ ਸਤਸੇ ਕੀ ਕਥਾ ਇਹ ਪੂਰੀ ਪਈ ਹੈ, ਜਾਹੇ ਨਿਮਤ ਪੜੇ ਸੁਨ ਹੈਨਰ ਸੋ ਨਿਸ਼ਚੋਕਰ ਤਾਹੇ ਦਹੀ ਹੈ। ਅੱਗੇ ਪੜ੍ਹ ਲਓ ਜੀ, ਵਾਰ ਦੁਰਗਾ ਉਰਫ ਵਾਰ ਭਗਵਤੀ ਜੀ ਕੀ, ਜੋ ਅਸੀਂ ਪੜ੍ਹਦੇ ਹਾਂ ਗੁਰਦੁਆਰਿਆਂ ਵਿੱਚ ਪਿਛਲੇ ਤਕਰੀਬਨ 70 ਸਾਲਾਂ ਤੋਂ। ਇਹ ਇਸ ਦੀ ਇੱਕ ਪੌੜੀ ਨੂੰ ਕੱਟ ਕੇ ਅਰਦਾਸ ਅੱਗੇ ਜੋੜਤਾ ਗਿਆ ਹੈ। ਉੱਥੇ ਵੀ ਲਿਖਦਾ ਹੈ, ਦੁਰਗਾ ਪਾਠ ਬਣਾਇਆ ਸਭੈ ਪੌਣੀਆਂ, ਫਿਰ ਨਾ ਜੂਨੀ ਆਇਆ ਜਿਨ ਇਹ ਗਾਇਆ। ਐਸੇ ਹੋਰ ਵੀ ਉਦਾਹਰਣ ਮੌਜੂਦ ਹਨ ਜਿੱਥੇ ਲਾਲਚ ਦੇ ਅਧੀਨ ਜਾਂ ਕਿਸੇ ਡਰ ਤੋਂ ਬਚਾਉਣ ਖਾਤਰ ਇੱਕ ਗ੍ਰੰਥ ਜਾਂ ਰਚਨਾ ਦੀ ਪੜ੍ਹਨ ਦੀ ਸਿਫਾਰਿਸ਼ ਹੈ। ਪੂਰੀ ਕਹਾਣੀ ਵਿੱਚ ਕਿਤੇ ਵੀ ਸਤਿਗੁਰ ਆਗੇ ਸੀਸ ਭੇਟ ਦੇਣ ਸੰਬੰਧਿਤ ਕੋਈ ਸਿੱਖਿਆ ਨਹੀਂ, ਬਸ ਮਾਰੋ ਕਾਟੋ ਮਾਰੋ ਕਾਟੋ। ਅਖੀਰ ਪੌੜੀ ਵਿੱਚ ਲਿਖਦਾ ਹੈ, ਸੰਬਤ 17 ਸਹਿਸ ਪਣੀ ਜੈ, ਪ੍ਰਥਮੈ ਸਤਯੁਗ ਬੀਜ ਕਹੀ ਜੈ, ਭਾਦਰੋ ਸੁਦੀ ਅਸ਼ਟਮੀ ਰਵਵਾਰਾ, ਤੀਰ ਸਤ ਦ੍ਰਵ ਗ੍ਰੰਥ ਸੁਧਾਰਾ। ਪਾਓ ਕਿ ਸੰਬਤ 1753 ਵਿੱਚ ਭਾਦੋ ਦੀ ਸੁਦੀ ਅਸ਼ਟਮੀ ਐਤਵਾਰ ਨੂੰ
ਮੈਂ ਇਹ ਗ੍ਰੰਥ ਸੰਪੂਰਨ ਕੀਤਾ ਹੈ। ਚਲੋ ਇਸੇ ਲਿਖਾਰੀ ਦੀ ਗਵਾਹੀ ਮੰਨ ਲੈਂਦੇ ਹਾਂ ਕਿ ਬਈ ਸੰਵਤ 1753 ਵਿੱਚ ਭਾਦੋ ਦੀ ਸੁਦੀ ਅਸ਼ਟਮੀ ਵਾਲੇ ਦਿਨ ਐਤਵਾਰ ਪਿਆ ਸੀ, ਉਸ ਦਿਨ ਮੈਂ ਇਹ ਗ੍ਰੰਥ ਸੰਪੂਰਨ ਕੀਤਾ। ਜਬਕਿ ਕੈਲੰਡਰ ਦੇ ਮਹਾਨ ਵਿਗਿਆਨਿਕ ਪਾਲ ਸਿੰਘ ਪੂਰੇਵਾਲ ਜੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੰਵਤ 1753 ਵਿੱਚ ਭਾਦੋ ਦੀ ਸੁਦੀ ਅਸ਼ਟਮੀ ਨੂੰ ਐਤਵਾਰ ਨਹੀਂ ਸੀ, ਸਗੋਂ ਉਸ ਦਿਨ ਮੰਗਲਵਾਰ ਸੀ। ਪਰ ਅਸੀਂ ਮੰਨ ਲੈਂਦੇ ਹਾਂ ਕਿ ਇਹ ਲਿਖਾਰੀ ਸਹੀ ਬੋਲ ਰਿਹਾ ਹੈ। ਪਰ ਅੱਗੇ ਇਸੇ ਗ੍ਰੰਥ ਵਿੱਚ ਲਿਖਦਾ ਹੈ, ਸੰਵਤ 1755 ਹਾਲ ਵਧੀ ਪ੍ਰਥਮੈ ਸੁਖਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ। ਹੁਣ ਕਹਿੰਦਾ ਨਹੀਂ ਜੀ, 1755 ਵਿੱਚ ਹੀ ਪੂਰਾ ਹੋਇਆ ਹੈ। ਪਹਿਲਾਂ 1753 ਦੀ ਭਾਦੋ ਸੀ, ਹੁਣ 1755 ਦੀ ਹਾੜ ਵਧੀ ਆ ਗਈ ਹੈ। ਦੋ ਡੇਟਸ ਅੱਗੇ ਆ ਜਾਓ। ਫਿਰ ਕਹਿੰਦਾ ਨਹੀਂ, 1744 ਮੈਂ ਸਾਵਨ ਸੁਧ ਬੁੱਧਵਾਰ ਨਗਰ ਪਾਵਟਾ ਮੋਹ ਤੁਮੋ ਰਚਿਓ ਗ੍ਰੰਥ ਸੁਧਾਰ। ਕਹਿੰਦਾ ਕਿ 1744 ਵਿੱਚ ਸਾਵਨ ਦਾ ਸਮਾਂ ਸੀ, ਬੁੱਧਵਾਰ ਸੀ, ਮੈਂ ਪੌਂਟਾ ਨਗਰ ਵਿੱਚ ਹੈਗਾ ਸੀ, ਉੱਥੇ ਮੈਂ ਗ੍ਰੰਥ ਕੰਪਲੀਟ ਕੀਤਾ ਹੈ। ਦੱਸੋ ਕਿਹੜੀ ਗਵਾਹੀ ਮੰਨੀ ਜਾਏ, 1753 ਵਾਲੀ ਸਹੀ ਹੈ, 1755 ਵਾਲੀ ਸਹੀ ਹੈ, ਜਾਂ 1744 ਵਾਲੀ ਸਹੀ ਹੈ? ਕਿਸੇ ਕੋਲ ਹੋਏ ਜਵਾਬ ਤਾਂ ਜ਼ਰੂਰ ਸ਼ੇਅਰ ਕਰਿਆ ਜੇ। ਅੰਤ ਵਿੱਚ ਫਿਰ ਉਹੀ ਇਤੀ ਸ਼੍ਰੀ ਚਰਿਤ੍ਰੋਪਾਖਿਆ ਨੇ ਮੰਤਰੀ ਭੂਪ ਸੰਵਾਦ ਦੇ 404 ਚਰਿੱਤਰ ਸਮਾਪਤਮ। ਸਤ ਸੁਭਮ ਸਤ। ਇੱਥੇ ਚੌਪਈ ਖਤਮ ਹੋ ਜਾਂਦੀ ਹੈ। ਇਹ ਸਭ ਦੱਸਣ ਦਾ ਮੇਰਾ ਮਕਸਦ ਕਿਸੇ ਵਿਅਕਤੀ ਦਾ ਮਨ ਦੁਖਾਉਣਾ ਬਿਲਕੁਲ ਵੀ ਨਹੀਂ ਸੀ, ਬਲਕਿ ਇਹ ਇੱਕ ਉਪਰਾਲਾ ਹੈ, ਕਿਉਂਕਿ ਇਹੋ ਜਿਹੀ ਕਈ ਲਿਖਤਾਂ ਹਨ ਜਿਨ੍ਹਾਂ 'ਤੇ ਸਿੱਖ ਕੌਮ ਸਮੇਂ ਸਮੇਂ 'ਤੇ ਸ਼ੰਕੇ ਖੜ੍ਹੀ ਕਰਦੀ ਰਹੀ ਹੈ। ਪਰ ਇਸ ਬਾਬਤ ਕੰਮ ਕਰਨ ਵਾਲੇ ਆਪਣੀ ਜ਼ਿੰਮੇਵਾਰੀ ਤੋਂ ਹੀ ਮੁਕਰ ਚੁੱਕੇ ਹਨ। ਉਹਨਾਂ ਕੋਲ ਕਦੀ ਨਾਨਕ ਸ਼ਾਹ ਫਕੀਰ ਦਾ ਮੁੱਦਾ ਆ ਜਾਂਦਾ ਹੈ, ਕਦੀ ਸੌਦੇ ਸਾਧ ਦਾ ਮੁੱਦਾ ਆ ਜਾਂਦਾ ਹੈ, ਅਤੇ ਕਦੀ ਹੋਰ ਕੋਈ ਪ੍ਰੋਬਲਮ ਆ ਜਾਂਦੀ ਹੈ। ਉਹਨਾਂ ਕੋਲ ਵੇਲ ਹੀ ਨਹੀਂ ਕਿ ਕੌਮ ਨੂੰ ਇੱਕ ਸਹੀ ਦਿਸ਼ਾ ਉੱਤੇ ਕਿਵੇਂ ਲੈ ਕੇ ਜਾਇਆ ਜਾਏ। ਉਹਨਾਂ ਕੋਲ ਸਮਾਂ ਹੀ ਨਹੀਂ ਕਿ ਨਸ਼ੇ ਵਿੱਚ ਗਰਕ ਹੋਏ ਪੰਜਾਬ ਨੂੰ ਮੁੜ ਸਿੱਖੀ ਰੂਪੀ ਅੰਮ੍ਰਿਤ ਨਾਲ ਕਿਸ ਤਰ੍ਹਾਂ ਭਰਿਆ ਜਾਏ। ਉਹਨਾਂ ਕੋਲ ਕੋਈ ਵਿਹਲ ਨਹੀਂ ਕਿ ਇਤਿਹਾਸ ਸੰਬੰਧੀ, ਅਜੋਕੇ ਗ੍ਰੰਥਾਂ ਸੰਬੰਧੀ ਕੋਈ ਵਿਉਂਤ ਬਣਾ ਸਕਣ ਕਿ ਭਾਈ ਸਿੱਖ ਆਪਸ ਵਿੱਚ ਨਾ ਲੜਨ। ਪਰ ਜਾਂ ਤਾਂ ਉਹਨਾਂ ਕੋਲ ਵਿਹਲ ਨਹੀਂ, ਜਾਂ ਵਾਕਿਆ ਉਹ ਇਸ ਲਾਇਕ ਨਹੀਂ। ਆਸ ਹੈ ਕਿ ਅਸੀਂ ਛੋਟੀ ਛੋਟੀ ਲੜਾਈਆਂ ਛੱਡ ਕੇ ਕੁਛ ਵੱਡਾ ਸੋਚੀਏ, ਵਿਅਕਤੀਵਾਦੀ ਦੋਸ਼ ਆਰੋਪਣ ਤੋਂ ਬਚੀਏ, ਅਸੀਂ ਆਈਡੀਆਸ 'ਤੇ ਕੰਮ ਕਰੀਏ, ਉਸਦੇ ਇੰਪਲੀਮੈਂਟੇਸ਼ਨ ਦੀ ਗੱਲ ਕਰੀਏ, ਤਾਂ ਜੋ ਆਉਣ ਵਾਲੀ ਪਨੀਰੀ ਨੂੰ ਇੱਕ ਸਹੀ ਦਿਸ਼ਾ ਮਿਲ ਸਕੇ। ਸਮੇਂ ਸਮੇਂ 'ਤੇ ਆਪਣੇ ਆਈਡੀਆਸ ਦੀ ਪਰਖ ਕਰੀਏ। ਜਦੋਂ ਵੀ ਕਿਸੇ ਦੀ ਗੱਲ ਨੂੰ ਕੱਟਣਾ ਹੋਏ ਤਾਂ ਈਰਖਾਲੂ ਹੋ ਕੇ ਨਾ ਸੋਚੀਏ, ਸਗੋਂ ਕੌਮ ਦੇ ਭਲੇ ਲਈ ਸੋਚੀਏ। ਮੈਂ ਕਵਲਪਾਲ ਸਿੰਘ ਇੱਕ ਵਾਰ ਫਿਰ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।